ਵਿਚ ਮਿਹਰੇ ਉਪਾਓ ਡੋਬ ਦੇ ਪੱਤਰ ਤਾਰੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਕੇ ਗੋਲੇ ਸਤਨਾਮੁ ਵਾਹਿ ਗੁਰੂ ਜੀਓ ਇਕ ਓਅੰਕਾਰ ਸਤਗੁਰ ਪ੍ਰਸਾਦਿ ਰਾਗ ਬਸੰਤ ਖਿੰਡੋਲ ਨਹਲਾ ਨਵ ਸਾਦੋ ਇਹ ਤਨ ਮਿਥਿਆ ਜਾਨੋ ਯਾਹ ਪੀ ਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਪਛਾਨੋ ਸਾਦੋ ਇਹ ਤਨ ਮਿਥਿਆ ਜਾਨੋ ਯਾ ਪੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੂ ਰਹਾ ਏ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐਡਾਨੂ ਸੰਗਤ ਹਾਰੇ ਕਚੂ ਨ ਚਾਲੈ ਕਹ ਕਹ ਲਪਟਨ ਉਸ ਤਤ ਨਿੰਦਾ ਦੂ ਪਰਹਰ ਹਰ ਕੀਰਤ ਉਰਿਆਨ ਜਨ ਨਾਨਕ ਸਭ ਹੀ ਮੈਂ ਪੂਰਨ ਪੁਰਖ ਏ ਏਕ ਪੁਰਖ ਭਗਵਾਨ ਜਨ ਨਾਨਕ ਸਭ ਹੀ ਮੈਂ ਪੂਰਨ ਇਕ ਪੁਰਖ ਭਗਵਾਨ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਗ੍ਰਿ ਨਵਾਜ ਸਤਿਗੁਰੂ ਗੁਰੂ ਤੇ ਬਹਾਦਰ ਪਾਤਸ਼ਾਹ ਜੀ ਜੋ ਅੱਜ ਸਾਡੇ ਉੱਪਰ ਮਿਹਰ ਅਮਤ ਕਰ ਰਹੇ ਹਨ ਅਕਾਲ ਪੁਰਖ ਦੇ ਕਰੋ ਜੋ ਰੱਬੀ ਉਪਦੇਸ਼ ਲੈ ਸਾਡੇ ਭਲੇ ਲਈ ਆਰ ਬੱਜ ਰਾਂਡੋਲ ਵਿੱਚ ਉਚਾਰਨ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੀ ਬਾਣੀ ਕਤ ਦੀ ਰਾਗਾਂ ਵਿੱਚ ਹੈ ਮੁਗਾਂ ਨੇ ਜਿਹੜੇ ਉਹਨਾਂ ਰਾਗਾਂ ਦੇ ਨਾਲ ਮਿਕਸ ਕੀਤੇ ਗਏ ਨੇ ਉਹਨਾਂ ਜਦੋਂ ਆਪਾਂ 31 ਕਹਿੰਨੇ ਆ ਤੇ ਗੌੜੀ ਰਾਗ ਇੱਕ ਮੰਨ ਦੇਖਾਂ ਪਰ ਗੌੜੀ ਕੱਲੀ ਨਹੀਂ ਗੌੜੀ ਦੀਪਕੀ ਕਹ ਗੌੜੀ ਪੂਰਬੀ ਕਹ ਗੌੜੀ ਪੈਰਾਦ ਕਹ ਇਸੇ ਤਰ੍ਹਾਂ ਗੁਰੂ ਕੇ ਪਿਆਰਿਓ ਬਸੰਤ ਕਹ ਕੱਲਾ ਵੀ ਪਰ ਬਸੰਤ ਦੇ ਨਾਲ ਖਿੰਡੋਲ ਕਹ ਸੂਖੀ ਕਹ ਸੂਖੀ ਦੇ ਨਾਲ ਲਲਤ ਕਾਫੀ ਸੋ ਇਸ ਕਰਕੇ ਗੁਰੂ ਕੇ ਪਿਆਰੋ ਕੁਝ ਵਿਦਵਾਨ ਇਹਨਾਂ ਦੀ ਗਿਣਤੀ 43 ਕੁਝ 60 ਮੰਨਦੇ ਹਨ ਆਪਣਾ ਵਿਸ਼ਾਖ ਹੈ ਰਾਗ ਬਸੰਤ ਖੰਡੋਲ ਅੰਦਰ ਨਾਮੇ ਸਤਿਗੁਰਾਂ ਨੇ ਜੋ ਆ ਸ਼ਬਦ ਉਚਾਰਨ ਕੀਤਾ ਹੈ ਬਸੰਤ ਰੁੱਤ ਦੇ ਅੰਦਰ ਸਾਰਾ ਦਿਨ ਇਹ ਰਾਗ ਆਇਆ ਜਾਂਦਾ ਹੈ ਪਰ ਉਸ ਤਰ੍ਹਾਂ ਇਹ ਸਵੇਰ ਦਾ ਰਾਗ ਮੰਨਿਆ ਗਿਆ ਹੈ ਅੱਜ ਧੰਗ ਗੁਰੂ ਤੇਜ ਬਹਾਦਰ ਪਾਤਸ਼ਾਹ ਜੀ ਨੇ ਜੋ ਬਚਨ ਕੀਤਾ ਉਹ ਹੈ ਪਿਆ ਸਰੀਰ ਹੈ ਨਾਸਵੰਤ ਪਰ ਜਿਹੜਾ ਸਰੀਰ ਦੇ ਅੰਦਰ ਵਿਰਾਜਮਾਨ ਹੈ ਉਹਨੇ ਕਦੇ ਖਤਮ ਨਹੀਂ ਹੋਣਾ ਇਹ ਦਿਸਦਾ ਸਰੀਰ ਇਹ ਪਲ-ਪਲ ਕਰਕੇ ਬਦਲ ਰਿਹਾ ਹੈ ਪਰ ਜੋ ਇਹਦੇ ਅੰਦਰ ਬੈਠਾ ਹੈ ਉਹ ਕਦੇ ਨਹੀਂ ਬਦਲਦਾ ਉਹਨੇ ਚਲ ਅਡੋਲ ਇੱਕ ਜਗ੍ਹਾ ਤੇ ਖਲੋਤਾ ਹੈ ਸਭ ਕਹਿੰਦੇ ਸਾਡੀ ਡਿਊਟੀ ਸੀ ਜਿਹੜਾ ਸਤਨ ਦੇ ਅੰਦਰ ਵਾਇਕੁਰੂ ਬੈਠੇ ਨੇ ਉਹਦੀ ਪਛਾਣ ਕਰਕੇ ਉਹਦੇ ਨਾਲ ਜੁੜਦੇ ਉਹਦੇ ਦਰਸ਼ਨ ਦੇਦਾਰ ਕਰਦੇ ਗੁਰੂ ਘਰ ਕੋਲ ਇੱਕ ਬਹੁਤ ਹੀ ਕੋਮਨ ਜਿਹਾ ਸਵਾਲ ਕੀਤਾ ਜਾਂਦਾ ਹੈ ਕਿ ਪ੍ਰਮਾਤਮਾ ਦੇ ਦਰਸ਼ਨ ਚਾਹੁੰਦੇ ਕਾ ਸਤ ਗੁਰਾਂ ਦੇ ਦਰਸ਼ਨ ਕਰਨ ਦੀ ਬੜੀ ਇੱਛਾ ਹੈ ਇੱਕ ਵਾਰ ਜ਼ਿੰਦਗੀ 'ਚ ਸਤ ਗੁਰੂ ਜੀ ਦੇ ਦਰਸ਼ਨ ਕੋ ਜਾਨ ਕਿਉਂਕਿ ਅਜੇ ਨਾਮੇ ਸਤਪੁਰਾਂ ਵੀ ਕਿਹਾ ਵੀ ਅੰਦਰ ਵਸਦੇ ਰੱਬ ਦੀ ਪਛਾਣ ਕਰੋ ਪਛਾਣ ਤੇ ਤਾਂ ਹੀ ਕਰਾਂਗੇ ਜੇ ਅੱਖਾਂ ਨਾਲ ਵੇਖਾਂਗੇ ਪਹਿਲਾਂ ਕਿਸੇ ਚੀਜ਼ ਨੂੰ ਵੇਖੀਦਾ ਫਿਰ ਪਛਾਣੀਦਾ ਠੀਕ ਤੇ ਗਲਤ ਤੇ ਜਾਇ ਨੂੰ ਮੈਂ ਜੋ ਜਾਣਦਾ ਇਹਦਾ ਨਾਮ ਕੀ ਹੈ ਕਿੱਥੋਂ ਆਇਆ ਹੈ ਤੇਦਾ ਮਤਲਬ ਕਿ ਪ੍ਰਮਾਤਮਾ ਦੇ ਦਰਸ਼ਨ ਚਾਹੀਦੇ ਨੇ ਹੌਲੀ ਹੌਲੀ ਆਪਾਂ ਆਖੋ ਜਾਂ ਮਖੌਲ ਸਿਰਜ ਲਈ ਆਈ ਪਰਮਾਤਮਾ ਦੇ ਦਰਸ਼ਨ ਜਾਂ ਸਤਿਗੁਰਾਂ ਦੇ ਦਰਸ਼ਨਾ ਦਾ ਉਜ ਖੋਰ ਦਾ ਖੋਰ ਬਣ ਗਿਆ ਹੈ ਪਰ ਅੱਜ ਦੋ ਚਾਰ ਮੁਢਲੇ ਸਵਾਲ ਕੀ ਪਰਮਾਤਮਾ ਦੇ ਦਰਸ਼ਨ ਜਿਹੜੇ ਆਪਾਂ ਮੰਗਦੇ ਆ ਉਹ ਪਰਮਾਤਮਾ ਦੇ ਦਰਸ਼ਨ ਕਿਉਂ ਜੇਕਰ ਦੂਸਰਾ ਸਵਾਲ ਉਹ ਪਰਮਾਤਮਾ ਦੇ ਦਰਸ਼ਨ ਉਹ ਗੁਰੂ ਸਾਹਿਬ ਕਰਾਉਂਦੇ ਤੇ ਉਹ ਕਿਵੇਂ ਕਰਾਉਂਦੇ ਕਾਣ ਤੀਸਰਾ ਸਵਾਲ ਗੁਰੂ ਕੇ ਪਿਆਰਿਓ ਜਦੋਂ 10 ਗੁਰੂ ਸਹਿਬਾਨ ਪਾਵਨ ਪਵਿੱਤਰ ਸਰੂਪ ਦੇਹੀਆਂ ਵਿੱਚ ਸਨ ਜਿਵੇਂ ਧੰਨ ਗੁਰੂ ਨਾਨਕ ਸਾਹਿਬ 1469 ਤੋਂ 1539 ਤੱਕ ਹਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ 1708 ਤੱਕ ਉਦੋਂ ਸਤਿਗੁਰੂ ਜੀ ਦੇਹੀਆਂ ਵਿੱਚ ਨੇ ਪਾਵਨ ਪਵਿੱਤਰ ਉਚੋਲੇ ਉਹ ਪਵਿੱਤਰ ਜਾਮੇ ਉਸ ਸਰੂਪਾਂ ਵਿੱਚ ਨੇ ਉਦੋਂ ਵੀ ਜਦੋਂ ਸਤਿਗੁਰਾਂ ਦੀ ਕੋ ਬਾਣੀ ਪੜਦਾ ਸੀ ਉਦੋਂ ਵੀ ਕਹਿੰਦਾ ਸੀ ਮਿਲ ਮੇਰੇ ਪ੍ਰੀਤਮ ਪਿਆਰਿਆ ਹੇ ਪ੍ਰਭੂ ਮੈਨੂੰ ਮਿਲ ਇਹਦਾ ਮਤਲਬ ਸਤਗੁਰੂ ਸੱਚੇ ਪਾਤਸ਼ਾਹ ਦੀ ਖਿਆਤੀ ਵਿੱਚ ਵੀ ਪ੍ਰਭੂ ਮਿਲਾਪ ਤੇ ਗੀਤ ਗਾਣ ਦਾ ਹੁਕਮ ਸੀ ਇਹਦਾ ਮਤਲਬ ਪਰਮਾਤਮਾ ਕਿਸੇ ਹੋਰ ਜਗ੍ਹਾ ਤੇ ਵਸਦਾ ਜਿਹਦੇ ਦਰਸ਼ਨਾਂ ਦੀ ਅਜੇ ਲੋੜ ਸੀ ਤਾਂ ਹੀ ਤੇ ਗੁਰਬਾਣੀ ਚ ਬਾਰ-ਬਾਰ ਬਚਨ ਆਉਂਦੇ ਨੇ ਪਿਆਰੋ ਹੁਣ ਵੀ ਉਹ ਜੋਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਵਰਤ ਰਹੀ ਹੁਣ ਆਪਾਂ ਜਦੋਂ ਦਰਸ਼ਨ ਕਹਿਨਿਆਂ ਕਰਨੇ ਤੇ ਸਾਡੇ ਸਾਹਮਣੇ ਇੱਕ ਚਿੱਤਰ ਬਣਦਾ ਹੈ ਵੀ ਤਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣ ਪਰ ਜਦੋਂ ਗੁਰੂ ਨਾਨਕ ਸਾਹਿਬ ਸਰੀਰ ਕਰਕੇ ਮੌਜੂਦ ਸਨ ਜਿਹੜੇ ਉਹਨਾਂ ਦੇ ਕੋਲ ਰਹਿ ਰਹੇ ਨੇ ਅੱਠੇ ਪੈਰ ਜਾਂ ਹfte ਬਾਦ ਉੰਦੇ ਜਾਂ ਉਹਨਾਂ ਦੇ ਨੇੜੇ ਜਿਹੜੇ ਰਹਿੰਦੇ ਉਹ ਵੀ ਮੰਗਦੇ ਸਨ ਦਰਸ਼ਨ ਦੀਦਾਰ ਫਿਰ ਕੀ ਕਹਾਣੀ ਕੀ ਹੋਈ ਪ੍ਰਮਾਤਮਾ ਦੇ ਦਰਸ਼ਨ ਕੀ ਹੋਏ ਦੂਸਰਾ ਸਤਗੁਰੂ ਜੀ ਦੇ ਕੁੰਦਿਆਂ ਸਰੀਰ ਵਿੱਚ ਵੀ ਸਾਨੂੰ ਹਕਮ ਸੀ ਕੋਈ ਆਣ ਮਿਲਾ ਪੈ ਮੇਰਾ ਪ੍ਰੀਤਮ ਪਿਆਰਾ ਉਸ ਪੈ ਆਵ ਵਿਚਾਈ ਕਿਦਰੇ ਤਰਲੇ ਲੈ ਆਰੇ ਸੁਣ ਯਾਰ ਕੁਮਾਰੇ ਸੱਜਣ ਇਹ ਕਰੂੰ ਬੇਨੰਤੀਆ ਤਿਸ મોਹਨ ਲਾਲ ਪਿਆਰੇ ਹਉ ਫਿਰਉਂਖ ਹੋ ਜੰਤੀਆ ਕਿਦਰੇ ਦਰਸ ਤੇਰੇ ਕੀ ਪਿਆਸ ਮਨ ਲਾਗੀ ਇਹਦਾ ਮਤਲਬ ਪ੍ਰਮਾਤਮਾ ਦੇ ਦਰਸ਼ਨ ਕਰਨੇ ਨੇ ਉਹ ਕੋਈ ਹੋਰ ਚੀਜ਼ ਸਤਿਗੁਰੂ ਸ਼ਰੀਰ ਵਿੱਚ ਸਨ ਉਦੋਂ ਵੀ ਅੱਜ ਮਹਾਰਾਜ ਸ਼ਬਦ ਉਹ ਵਿੱਚ ਮੌਜੂਦ ਨੇ ਉਹ ਸਾਡੀ ਡਿਊਟੀ ਹੈ ਵੀ ਪ੍ਰਮਾਤਮਾ ਦੇ ਦਰਸ਼ਨ ਕਰਨੇ ਨੇ ਸਾਬ ਕਹਿੰਦੇ ਦਰਸ਼ਨ ਨਹੀਂ ਕਰਨੇ ਕੇਵਲ ਉਹਦੇ ਵਿੱਚ ਸਮਾਈ ਜਾਣਾ ਹੈ ਪਰ ਉਹ ਪ੍ਰਮਾਤਮਾ ਦੀ ਦਰਸ਼ਨ ਕੀ ਨੇ ਜੋ ਸਾਡਾ ਮਨ ਸਮਝਦਾ ਕਿਦ ਰ ਖੋਰਤੀ ਨਹੀਂ ਉਹ ਕਹਾਣੀ ਜੋ ਸਤਿਗੁਰੂ ਪਾਉਂਦੇ ਕੋਈ ਖੋਰਤੀ ਨਹੀਂ ਕਹਾਣੀ ਗੁਰੂ ਕੇ ਪਿਆਰਿਓ ਸਾਡਾ ਮਨ ਜਦੋਂ ਮੰਗਦਾ ਨਾ ਦਰਸ਼ਨ ਅਸੀਂ ਚਾਹੁੰਨੇ ਆ ਤੇ ਸਾਡਾ ਮਨ ਇਹ ਕਹਿੰਦਾ ਵੀ ਪ੍ਰਮਾਤਮਾ ਜਿਸ ਤਰ੍ਹਾਂ ਕੋਈ ਸਾਨੂੰ ਸੱਜਣ ਮਿੱਤਰ ਮਿਲਦਾ ਮੇਰੇ ਸਾਹਮਣੇ ਆ ਕੇ ਖਲੋਏਗਾ ਮੇਰੀਆਂ ਅੱਖਾਂ ਦਰਸ਼ਨ ਕਰਨਗੀਆਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹਨਾਂ ਦੇ ਚਰਨਾਂ 'ਚ ਡਿੱਕਾਂਗਾ ਉਹ ਮੇਰੇ ਤੇ ਮਿਹਰਪ੍ਰੀ ਨਿਗਾਹ ਪਾਣਗੇ ਬਿਲਕੁਲ ਇਸ ਤਰ੍ਹਾਂ ਨਹੀਂ ਹੈ ਪ੍ਰਮਾਤਮਾ ਸਾਹਮਣੇ ਖਲੋ ਕੇ ਦਰਸ਼ਨ ਨਹੀਂ ਦਿੰਦਾ ਪਰਮਾਤਮਾ ਸੁਰਤੀ ਨਾਲ ਅੰਦਰੂਦਰਸ਼ਨ ਦੇਂਦਾ ਹੈ ਗੁਰੂ ਕੇ ਪਿਆਰਿਓ ਮਹਾਂਪੁਰਖਾਂ ਨੇ ਇਸ ਗੱਲ ਨੂੰ ਬਹੁਤ ਪਿਆਰ ਤਾਂ ਪਿਆਰ ਭਰੇ ਤੇ ਬਿਲਕੁਲ ਸਿੰਪਲ ਸਧਾਰਨ ਜੇ ਸ਼ਬਦਾਂ ਵਿੱਚ ਇਸ ਨੂੰ ਸਮਝਾਇਆ ਹੈ ਕਹਿੰਦੇ ਬਈ ਜਿਸ ਚੀਜ਼ ਨੂੰ ਆਪਾਂ ਦੇਖਣਾ ਹੋਵੇ ਨਾ ਕਿਸੇ ਵੀ ਚੀਜ਼ ਨੂੰ ਤੇ ਦੋ ਚੀਜ਼ਾਂ ਉਤੇ ਲਈ ਚਾਹੀਦੀਆਂ ਨੇ ਇੱਕ ਤਾਂ ਗੁਰੂ ਕੇ ਪਿਆਰੇ ਸੀ ਉਹ ਚੀਜ਼ ਵੇਖ ਸਕਦੇ ਆ ਜਿਹੜੀ ਸਾਡੇ ਤੋਂ ਅਲੱਗ ਵੱਖਰੀ ਖੋਵੇ ਤੇ ਦੂਸਰੀ ਉਹ ਜਿੱਥੇ ਜਿਹੜੀ ਅਲਾਗੇ ਉਥੇ ਚਾਨਣ ਪ੍ਰਕਾਸ਼ ਚਾਹੀਦਾ ਹਨੇਰਾ ਹੋਵੇ ਅਲੱਗ ਪਈ ਤਾਂ ਵੀ ਖਨੇ ਰੇ ਵਿੱਚ ਕੁਝ ਨਹੀਂ ਦਿਸਣਾ ਨਾ ਦਿਸੇ ਤੇ ਕਈ ਦਾ ਥੋੜਾ ਚਾਨਣ ਖੋ ਜਾਵੇ ਇਹਦਾ ਮਤਲਬ ਅਸੀਂ ਜਿਸ ਚੀਜ਼ ਨੂੰ ਵੇਖਣਾ ਹੋਵੇ ਉਹਦੇ ਲਈ ਦੋ ਚੀਜ਼ਾਂ ਚਾਹੀਦੀਆਂ ਨੇ ਇੱਕ ਤੇ ਆਪਣੇ ਤੋਂ ਵੱਖਰੀ ਹੋਵੇ ਦੂਸਰੀ ਉੱਚੇ ਲਾਈਟ ਹੋਵੇ ਹੁਣ ਪਰਮਾਤਮਾ ਤੇ ਅੰਦਰ ਵਸਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿ ਰਹੇ ਅੱਜ ਵੀ ਕਹਿ ਰਹੇ ਸਾਧੂ ਏ ਤਨ ਮਿੱਥਿਆ ਜਾਣੋ ਯਾ ਭੀਤਰ ਜੋ ਰਾਮ ਵਸਤਖੈ ਭੀਤਰ ਦੇ ਅੰਦਰ ਜਿਹੜਾ ਵਾ ਗੁਰੂ ਵਸਦਾ ਹੈ ਨਾ ਸਾਚੋ ਤਾਏ ਪਛਾਨੋ ਉਹਦੀ ਪਛਾਣ ਕਰੋ ਉਹਦਾ ਮਤਲਬ ਪਰਮਾਤਮਾ ਸਾਡੇ ਤੋਂ ਵੱਖ ਨਹੀਂ ਹੈ ਜੇ ਵੱਖ ਨਹੀਂ ਤੇ ਸਿਉ ਨੂੰ ਵੇਖ ਕਿਵੇਂ ਸਕਦੇ ਆ ਉਹ ਤਾਂ ਜਿਹੜੀ ਹੈ ਸੁਰਤੀ ਵੇਖਣਾ ਚਾਹੁੰਦੀ ਇਹਦੇ ਵਿੱਚ ਜਿਹੜਾ ਧਿਆਨ ਵੇਖਣਾ ਚਾਹੁੰਦਾ ਇਹਦੇ ਵਿੱਚ ਬੈਠਾ ਹੈ ਤੇ ਦੂਸਰਾ ਅਸੀਂ ਅੰਦਰ ਝਾਤ ਮਾਰਦੇ ਹਾਂ ਹਨੇਰਾ ਹੈ ਅਸੀਂ ਉੱਥੇ ਲਾਈਟ ਵੀ ਨਹੀਂ ਜਗਾ ਸਕਦੇ ਕਿਹੜਾ ਦੀਵ ਜਗਾਵੋਗੇ ਜਿਹਦੇ ਨਾਲ ਰੱਬ ਦਿਸ ਜਾਵੇ ਇਹ ਦੀਵੇ ਬਾਹਰ ਇਹ ਲਾਈਟਾਂ ਤੇ ਬਾਹਰ ਕੋਈ ਦਿਖਾਨੀਆਂ ਨਹੀਂ ਇਹ ਮਤਲਬ ਦੋਨੋਂ ਹਾਲਤਾਂ ਦੇ ਅੰਦਰ ਗੁਰੂ ਕੇ ਪਿਆਰਿਓ ਇਹ ਸਵਾਲ ਜਦੋਂ ਅਸੀਂ ਕਰਦੇ ਹਾਂ ਉਹ ਪ੍ਰਮਾਤਮਾ ਨੂੰ ਬਾਹਰੋਂ ਵੇਖਣਾ ਚਾਹੁੰਦੇ ਆ ਭਈ ਸਤਿਗੁਰੂ ਜੀ ਕਿਧਰੇ ਘੋੜੇ ਤੇ ਚੜ੍ਹੇ ਉਹ ਹੁੰਦੇ ਨੇ ਜਿਨ੍ਹਾਂ ਦੇ ਭਾਗਾਂ ਵਿੱਚ ਪਰ ਉਤਚਲ ਕੇ ਨਾ ਇੱਕ ਵਾਰ ਉਹ ਦੇਣਗੇ ਫਿਰ ਅਲੋਪ ਹੋ ਜਾਣਗੇ ਕਦੇ ਮੰਗਿਆ ਸੀ ਬਾਬਾ ਜਵੰਤ ਸਿੰਘ ਜੀ ਉਰਾਂ ਨੇ ਬਾਬਾ ਅਨੰਤ ਸਿੰਘ ਜੀ ਜਦੋਂ ਇਕੱਠਿਆਂ ਭਗਤੀ ਕੀਤੀ ਤੇ ਬਾਹਰੂ ਇਹ ਦਰਸ਼ਨਾਂ ਦੀ ਪਹਿਲਾ ਮੰਗ ਸ਼ੁਰੂ ਕੀਤੀ ਸੀ ਪ੍ਰਸ਼ਾਦ ਤਿਆਰ ਕਰ ਲਿਆ ਤੇ ਬੇਨਤੀਆਂ ਕੀਤੀਆਂ 7 ਦਿਨ ਲੰਘ ਗਏ ਵੀ ਤਨ ਗੁਰੂ ਨਾਨਕ ਸਾਹਿਬ ਪ੍ਰਗਟ ਹੋਵੋ ਪ੍ਰਸ਼ਾਦ ਸ਼ਕੋ ਮਹਾਰਾਜ ਨਹੀਂ ਖੁੰਦੇ ਫਿਰ ਬੜੇ ਸਦਕ ਨਾਲ ਬੈਠੇ ਨੇ ਹਫ਼ਤੇ ਬਾਅਦ ਜਾਗ ਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਹਨਾਂ ਦੀ ਭਾਵਨਾ ਨੂੰ ਭਾਗ ਲਾਏ ਦੋ ਸਾਧੂ ਪੁਰਸ਼ਾਂ ਦੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਦੋਨਾਂ ਸਾਧੂ ਪੁਰਸ਼ਾਂ ਦੇ ਉਹਨਾਂ ਦੇ ਚਰਨਾਂ ਵਿੱਚ ਸਿਰ ਖਾਣ ਪ੍ਰਸ਼ਾਦ ਚਕਾਣ ਦੇ ਖਾਣ ਸਤਿਗੁਰੂ ਕਹਿੰਦੇ ਮਹਾਰਾਜ ਦਾ ਹੁਕਮ ਸੀ ਮੰਗੋ ਕੀ ਮੰਗਦੇ ਹੋ ਜਿੱਥੇ ਬਾਬਾ ਅਨੰਦ ਸਿੰਘ ਖੁਰਾਨੀ ਮੰਗਿਆ ਪੇ ਸਾਡੀ ਇਸ ਦੁਨੀਆ ਵਿੱਚ ਕਿਸੇ ਚੀਜ਼ ਤੇ ਮੇਰ ਨਾ ਹੋਵੇ ਤੇ ਕਿਰਪਾ ਕਰਕੇ ਆਪਣੇ ਵਿੱਚ ਸਮਾ ਲਓ ਸਾਨੂੰ ਉੱਥੇ ਮੰਗਿਆ ਬਾ ਅਜਵਨ ਸਿੰਘ ਜੀ ਜਿਹਨਾਂ ਦਾ ਸਥਾਨ ਰਾਜ ਆਸਣ ਸੀ 에어ਪੋਰਟ ਅੰਮ੍ਰਿਤਸਰ ਦੇ ਅੰਦਰ ਵੀ ਹੁਣ ਆਈ ਉਹ ਜਗ੍ਹਾ ਉੱਤੇ ਅਸਥਾਨ ਅੱਜ ਵੀ ਹੈ ਉਹਨਾਂ ਕਹਿਆ ਸੀ ਮਹਾਰਾਜ ਜਿਵੇਂ ਅੱਜ ਦਰਸ਼ਨ ਦਿੱਤੇ ਨੇ ਨਾ ਹਮੇਸ਼ਾ ਲਈ ਇਸ ਤਰ੍ਹਾਂ ਦਰਸ਼ਨ ਖੋਣ ਸਤਿਗੁਰਾਂ ਕਹਿਆ ਸੀ ਪਾਈ ਅੰਦਰੂ ਦਰਸ਼ਨ ਖਮੇਸ਼ਾ ਤੁਹਾਨੂੰ ਖੋਣਗੇ ਜਦੋਂ ਕੀਰਤਨ ਕਰੋਗੇ ਉਦੋਂ ਬਾਹਰੋਂ ਵੀ ਤੁਹਾਨੂੰ ਮਹਿਸੂਸ ਇਸੇ ਤਰ੍ਹਾਂ ਆਉਣਗੇ ਪ੍ਰਸੰਗਤ ਨੂੰ ਵੀ ਚਲਕਾਰੇ ਪਹਿਣਗੇ ਪਰ ਉਹ ਗੁਰੂ ਕੇ ਪਿਆਰੂ ਦਰਸ਼ਨ ਇਹਨਾਂ ਅੱਖਾਂ ਨਾਲ ਨਹੀਂ ਮਹਾਰਾਜ ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ ਜਿਣੀ ਦਸੰਦੋ ਮਾ ਫਿਰੀ ਹੁਣ ਦੇਖੋ ਨਾ ਜਦੋਂ ਸੇ ਕੋਈ ਚੀਜ਼ ਸਾਡੇ ਅੰਦਰ ਆਉਂਦੀ ਹੈ ਕ੍ਰੋਧ ਆਇਆ ਕ੍ਰੋਧ ਨੂੰਸੀਂ ਮਹਿਸੂਸ ਕਰਦੇ ਆ ਸਾਡੇ ਚਿਹਰੇ ਤੋਂ ਹੀ ਪਤਾ ਲੱਗਦਾ ਹੈ ਹੱਥਾਂ ਪੈਰਾਂ ਤੋਂ ਹੀ ਪਤਾ ਲੱਗਦਾ ਹੈ ਕ੍ਰੋਧ ਆ ਗਿਆ ਉਹਨੂੰ ਆਪਾਂ ਦੇਖ ਸਕਦੇ ਆ ਜਦੋਂ ਈਰਖਾ ਆਵੇ ਈਰਖਾ ਵੀ ਨੂੰ ਵੀ ਆਪਾਂ ਖੁਦ ਵੀ ਦੇਖ ਸਕਦੇ ਆ ਕਿਸੇ ਦੇ ਅੰਦਰ ਆਵੇ ਤਾਂ ਪਿਆਰ ਆਵੇ ਤਾਂ ਕ੍ਰੋਧ ਆਵੇ ਮੋਹ ਆਵੇ ਵਾਸ਼ਨਾ ਕੋਈ ਵੀ ਆਵੇ ਅਸੀਂ ਉਹਨੂੰ ਦੇਖ ਸਕਦੇ ਆ ਪਰ ਪ੍ਰਮਾਤਮਾ ਨੂੰ ਆਪਾਂ ਇਸ ਤਰ੍ਹਾਂ ਨਹੀਂ ਵੇਖ ਸਕਦੇ ਕਿਉਂਕਿ ਸਾਡੀ ਸੁਰਤੀ ਮੈਲੀ ਏ ਉਸ ਨੂੰ ਵੇਖਣ ਲਈ ਪਹਿਲਾਂ ਸੁਰਤੀ ਪਵਿੱਤਰ ਚਾਹੀਦੀ ਏ ਮੈਲੀ ਸੁਰਤੀ ਬਾਹਰ ਸਾਰਾ ਕੁਝ ਮਹਿਸੂਸ ਕਰ ਸਕਦੀ ਪਰ ਮੈਲੀ ਸੁਰਤ ਪਿਆਰਿਓ ਅੰਦਰ ਨੂੰ ਨਹੀਂ ਉਹ ਵੇਖ ਸਕਦੀ ਬਿਲਕੁਲ ਹੀ ਮੈਲੀ ਸੁਰਤੀ ਅੰਦਰ ਨੂੰ ਮਹਿਸੂਸ ਵੀ ਨਹੀਂ ਕਰ ਸਕਦੀ ਦੇਖਣਾ ਕੀ ਕੈ ਨਹੀਂ ਦੇਖ ਸਕਦੇ ਉਸੇ ਕਰਕੇ ਸਤਿਗੁਰੂ ਦੀ ਕਿਰਪਾ ਕਰਕੇ ਆਖਦੇ ਨੇ ਜੇ ਉਹਨੂੰ ਵੇਖਣਾ ਹੈ ਤੇ ਪਹਿਲਾਂ ਸੁਰਤੀ ਪਵਿੱਤਰ ਕਰੋ ਕਿਦਰ ਸਤਿਗੁਰੂ ਕਹਿੰਦੇ ਉਹ ਅੱਖ ਬਣਾਓ ਸੁਰਤੀ ਦੀ ਜਿਹਦੇ ਨਾਲ ਪ੍ਰਮਾਤਮਾ ਵੇਖਿਆ ਜਾਣਾ ਹੁਣ ਜਦੋਂ ਬੰਦਾ ਤੁਰਦਾ ਹੈ ਨਾ ਇਸ ਰਾਤ ਤੇ ਉਦੋਂ ਤੇ ਇਸ ਇਹਦੇ ਖਿਆਲ ਇਹ ਨੇ ਜਿਵੇਂ ਬਾਹਰੋਂ ਅਸੀਂ ਵੇਖਦੇ ਹਾਂ ਕਿਸੇ ਦੂਸਰੇ ਨੂੰ ਇਸੇ ਤਰ੍ਹਾਂ ਮਹਾਰਾਜ ਜੀ ਸਾਨੂੰ ਸ਼ਾਇਦ ਜਦੋਂ ਦਰਸ਼ਨ ਦੇਣਗੇ ਇਸੇ ਤਰ੍ਹਾਂ ਹੋਏਗਾ ਪਰ ਜਿਨ੍ਹਾਂ ਨੇ ਵੀ ਅੱਜ ਤੱਕ ਦਰਸ਼ਨ ਕੀਤੇ ਨੇ ਗੁਰੂ ਕੇ ਪਿਆਰਿਓ ਉਹਨਾਂ ਦੇ ਇਹ ਪਿਆਰੇ ਬਚਨ ਨੇ ਉਹ ਕਹਿੰਦੇ ਬਿਲਕੁਲ ਇਸ ਤਰ੍ਹਾਂ ਨਹੀਂ ਖੈ ਜਦੋਂ ਦਰਸ਼ਨ ਹੋਏ ਨਹੀਂ ਸਨ ਉਦੋਂ ਤੇ ਸੀ ਨਾ ਅੰਦਰ ਇਹ ਖਿਆਲ ਭਈ ਖੋਣਗੇ ਤੇ ਸ਼ਾਇਦ ਐ ਖੋਜ ਟੰਗ ਦੇ ਪਰ ਨਹੀਂ ਜਦੋਂ ਉਹਨਾਂ ਦੀ ਤਲਾ ਵਰਤੇ ਕਿਸੇ ਤੇ ਮੇਰ ਚ ਦੁਖ ਹੁੰਦੀ ਹੈ ਗੁਰੂ ਕੇ ਪਿਆਰਿਓ ਫਿਰ ਇਹ ਨਹੀਂ ਉਹ ਬਿਲਕੁਲ ਦਰਸ਼ਨ ਖੋਰ ਨੇ ਸਤਿਗੁਰੂ ਦੇ ਇੱਕ ਬੱਚਿਆਂ ਨੇ ਮੈਂ ਸਾਂਝਾ ਕਰਾਂ ਕਹਿੰਦੇ ਖੈ ਨਾਹੀਂ ਕੋ ਬੂਝ ਅਨਕਾਰੋ ਜਾਨ ਕਮਨ ਪਤਾ ਕਹਿੰਦੇ ਅਜੇ ਤੱਕ ਕੋਈ ਬੰਦਾ ਵੀ ਪ੍ਰਮਾਤਮਾ ਨੂੰ ਬੁੱਝ ਨਹੀਂ ਸਕਿਆ ਉਹਨੂੰ ਕਿਵੇਂ ਜਾਣ ਸਕਦੇ ਆ ਬਾਹਰੋਂ ਕਹਿੰਦੇ ਕੋਈ ਨਹੀਂ ਸਕਦਾ ਰੱਬ ਨਹੀਂ ਸਾਡੇ ਅੰਦਰ ਇਹ ਕੋਈ ਚੀਜ਼ ਮਨ ਵਿੱਚ ਪਾਈ ਨਹੀਂ ਜਿਹੜੀ ਉਹਨੂੰ ਵੇਖ ਸਕੇ ਦਰਸ਼ਨ ਕਰੇ ਉਹ ਸਤਿਗੁਰੂ ਦੀ ਕਿਰਪਾ ਕਰਕੇ ਦੇਂਦੇ ਨੇ ਉਹ ਮਿਹਰ ਕਰਕੇ ਦਿੰਦੇ ਨੇ ਓਹ ਗੁਰੂ ਕੇ ਪਿਆਰਿਓ ਜਿਹਨੂੰ ਅਸੀਂ ਉਹ ਕਿਵੇਂ ਮਿਲਤੀ ਹਾਂ ਮੈਂ ਬੇਨਤੀ ਕਰਾਂ ਪਰਮਾਤਮਾ ਮਿਲਿਆ अनेਕਾਂ ਨੂੰ ਸਤਿਗੁਰੂ ਨੇ ਮਿਲਾਇਆ ਉਹ ਮਿਲਦਾ ਹੈ ਦਰਸ਼ਨ ਖੁੰਦੇ ਪਰ ਇਹ ਨਹੀਂ ਉਹ ਹੋਰ ਅੱਖ ਬਣਾਣੀ ਪੈਂਦੀ ਸਤਿਗੁਰੂ ਕਹਿੰਦੇ ਜਦੋਂ ਉਹ ਅੱਖ ਕਿਸੇ ਨੂੰ ਮਿਲਦੀ ਨਾ ਸੁਣੀਏ ਅਵਰ ਅਵਰ ਬੁਝੀਏ ਵਾਇਕਰੂ ਬਕਨ ਕਚਨ ਰਹਤਾ ਕਹਿੰਦੇ ਜਦੋਂ ਆਪਾਂ ਪਹਿਲਾਂ ਹੁਣ ਸੁਣਦੇ ਸਨ ਨਾ ਮਹਾਰਾਜ ਇਸ ਤਰ੍ਹਾਂ ਦੇ ਆਉਣਗੇ ਪਰਮਾਤਮਾ ਇਦਾਂ ਆਏਗਾ ਉਹ ਚਰਨਾ ਚ ਬੈਠਾਂਗੇ ਬਿਲਕੁਲ ਖੋਰ ਜਦੋਂ ਕਿਸ ਨੂੰ ਮਿਲਿਆ ਤੂੰ ਨਿਕਲਿਆ ਬਿਲਕੁਲ ਹੀ ਖੋਰ ਉਹ ਹੁੰਦਾ ਹੀ ਨਹੀਂ ਕਿਉਂਕਿ ਮਨ ਤੇ ਅਨੁਮਾਨ ਲਾਂਦਾ ਹੈ ਨਾ ਕਿਸੇ ਦੀ ਗੱਲ ਕਰਾਂਗੇ ਉਹਦੀ ਪਿਕਚਰ ਬਣਾਵਾਂਗੇ ਕਿਸੇ ਬੰਦੇ ਦੀ ਗੱਲ ਕਰੂ ਕਿਸੇ ਜਗ੍ਹਾ ਦੀ ਮਨ ਉਹਦੀ ਕੋਈ ਨਾ ਕੋਈ ਤਸਵੀਰ ਬਣਾ ਲਏਗਾ ਰੱਬ ਦੀ ਕਿਹੜੀ ਤਸਵੀਰ ਬਣਾਵਾਂਗੇ ਇਹ ਮਨ ਰੱਬ ਦੀ ਮਹਾਰਾਜ ਜੀ ਦੀ ਬਣਾ ਲੈਂਦਾ ਸਤਪੁਰੇ ਏਡੇ ਲੰਬੇ ਚੌੜੇ ਖੋਣਗੇ ਘੋੜੇ ਤੇ ਖੋਣਗੇ ਜਾਂ ਪੈਦਲ ਆਉਣਗੇ ਚੋਲਾ ਹੋਏਗਾ ਇਸ ਤਰ੍ਹਾਂ ਦੇ ਸਤਾਰੋਏ ਕੀ ਪਰ ਉਹ ਐਸਾ ਨਹੀਂ ਹੈ ਜਿੰਨੂੰ ਵੀ ਅਜੇ ਤੱਕ ਮਿਲਿਆ ਕਿਉਂਕਿ ਉਹ ਦੇਖੀ ਨਹੀਂ ਉਹ ਜੋਤ ਇਹ ਉਹ ਜੋਤ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਤਾਂ ਗੁਰੂ ਕੇ ਪਿਆਰਿਓ ਸਾਹਿਬ ਕਹਿੰਦੇ ਜਿਸ ਦੇਵ ਹੈ ਪੁਰਖ ਬਿਦਾਤਾ ਹਰ ਰਸ ਤਿੰਨ ਕੀ ਜਾਤਾ ਜਿੰਨੂੰ ਤਰੁੱਠ ਕੇ ਦੇਵੇ ਉਹ ਹੀ ਜਾਣਦਾ ਪਰ ਕਹਿਰ ਸਵਾਲ ਮੇਰਾ ਇਹ ਸੀ ਜਦੋਂ ਆਪ ਪੁੱਛਦੇ ਆ ਪਰਮਾਤਮਾ ਦੇ ਦਰਸ਼ਨ ਕਰਨੇ ਕਿੰਨਾ ਮਤਲਬ ਅਜੇ ਬਾਹਰੋਂ ਚਾਉਂਦੇ ਆ ਦੂਜੀ ਗੱਲ ਮਹਾਰਾਜ ਕਹਿੰਦੇ ਉਹ ਅੰਦਰੋਂ ਖੋਣੇ ਨੇ ਪਰ ਉਹ ਅੰਦਰੋਂ ਕਿਵੇਂ ਖੋਣਗੇ ਸਾਧ ਸੰਗਤ ਮਹਾਰਾਜ ਜੀ ਦਾ ਇੱਕ ਬਚਨ ਜ਼ਰੂਰ ਜਰਾ ਇਸ ਲਈ ਸਾਹਮਣੇ ਲਿਆਉਣਾ ਕੋਣੀ ਸੁਰਤੀ ਮੈਲੀ ਮੈਲੀ ਸੁਰਤੀ ਨਾਲ ਅਸੀਂ ਆ ਜਿੰਨਾ ਕੁਝ ਬਾਹਰ ਦੇਖ ਸਕਦੇ ਆ ਵਾਹਿਗੁਰੂ ਨੂੰ ਨਹੀਂ ਸਤਿਗੁਰੂ ਨੂੰ ਨਹੀਂ ਉਹਦੇ ਲਈ ਸਾਹਿਬ ਕਹਿੰਦੇ ਨੇ ਪਹਿ ਸੁਰਤੀ ਪਵਿੱਤਰ ਬਣਾਓ ਹੁਣ ਸੁਰਤੀ ਪਵਿੱਤਰ ਕਿਦਾਂ ਬਣੇਗੀ ਸਤਿਗੁਰੂ ਜੀ ਨੇ ਇੱਕ ਚੀਜ਼ ਸਮਝਾਈ ਖੋਲ ਕੇ ਕਹਿੰਦੇ ਸਾਚੀ ਬਾਣੀ ਸੂਚਾ ਹੋਏ ਜਿਹੜੀ ਆਕਾਲ ਪੁਰਖ ਦੇ ਘਰੋਂ ਬਾਣੀ ਆਈ ਹੈ ਨਾ ਕਹਿੰਦੇ ਇਹ ਬਿਲਕੁਲ ਪਵਿੱਤਰ ਹੈ ਇਹ ਸੱਚੀ ਸਦਾ ਕਾਇਮ ਰਹਿਣ ਵਾਲੀ ਹੈ ਤੂੰ ਇਹਦੇ ਨਾਲ ਜੁੜ ਜਾ ਜਿਉਂ-ਜਿਉਂ ਜੁੜੇਂਗਾ ਤਿਉਂ ਤੂੰ ਤੇਰੀ ਮੈਲ ਉਤਰਦੀ ਜਾਏਗੀ ਗੁਰਬਾਣੀ ਸੁਣ ਮੈਲ ਗਵਾਏ ਸੰਗਤ ਜਾਈਦਾ ਸਾਬ ਕਹਿੰਦੇ ਮਹਿਮਾ ਸਾਧੂ ਸੰਗਤ ਦੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗ ਕਰੇ ਨਿਰਮਲ ਪੈ ਚੀਤਾ ਚਿਤ ਸਾਧ ਸੰਗਤ ਆ ਜਦੋਂ ਬਾਣੀ ਸੁਣੀ ਦੀਏ ਇਹਦੇ ਨਾਲ ਮੈਲ ਉੱਤਰਦੀ ਸੁਰਤੀ ਪਵਿੱਤਰ ਹੁੰਦੀ ਮਨ ਦੀ ਮੈਲ ਉੱਤਰਦੀ ਜਾਂਦੀ ਹੈ ਕਈ ਵਾਰ ਆਪਾਂ ਸੋਚਦੇ ਆ ਨਾ ਵੀ ਪ੍ਰਮਾਤਮਾ ਨੇ ਦਰਸ਼ਨ ਤੇ ਦੇਣੇ ਨੇ ਛੇਤੀ ਨਾਲ ਦੇ ਦੇਵੇ ਐਵੇਂ ਇੰਨੀ ਮਿਹਨਤ ਕਰਵਾਉਂਦਾ ਸਾਬ ਆnde ਪਿਆਰਿਓ ਆਉਣ ਹੰਬਉ ਪਵਿੱਤਰ ਜੰਗੀਏ ਪਰ ਹਰ ਚੀਜ਼ ਦਾ ਕੋਈ ਕਾਇਦਾ ਕਾਨੂੰਨ ਖੁੰਦਾ ਹੈ ਉਸ ਅਕਾਲ ਪੁਰਖ ਨੇ ਆਪ ਹੀ ਇਹ ਕਾਨੂੰਨ ਬਣਾਇਆ ਹੋਇਆ ਉਹ ਸਾਰੇ ਕਾਨੂੰਨ ਕੀ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਨੇ ਪ੍ਰਮਾਤਮਾ ਦਾ ਕੀ ਰਾਜ ਕੀ ਕਾਨੂੰਨ ਹੈ ਕਿਵੇਂ ਕਿਵੇਂ ਸ੍ਰਿਸ਼ਟੀ ਰਚਦਾ ਉਹਨੇ ਸਾਡੀ ਕੀ ਡਿਊਟੀ ਲਈ ਅਸੀਂ ਕਿੱਥੇ ਗੁਸਤਾਖੀਆਂ ਕਰਦੇ ਹਾਂ ਕਿਵੇਂ ਨੂੰ ਸੁਧਾਰਾਂਗੇ ਮਾੜੇ ਨੇ ਕਲਾ ਕਲਾ ਬਚਨ ਅੰਕਿਤ ਕੀਤਾ ਬਾਣੀ ਅੰਦਰ ਸੋ ਬਾਣੀ ਨਾਲ ਜੁੜਨ ਤੋਂ ਬਗੈਰ ਸੁੱਚੇ ਪਵਿੱਤਰ ਸੁੱਚੇ ਜਿਹੜੀ ਸੁਰਤੀ ਨਹੀਂ ਹੋਣੀ ਬਾਣੀ ਦਾ ਨਾਮ ਬਾਣੀ ਜਦੋਂ ਪੰਜ ਪਿਆਰੇ ਕੋਲ ਅੰਮ੍ਰਿਤ ਈ ਦਾਤ ਕੀ ਲਈਦੀ ਉਹ ਕੀ ਨਾਮ ਮਿਲਦਾ ਬਾਣੀ ਮਿਲਦੀ ਬਾਹਰੋਂ ਅੰਮ੍ਰਿਤ ਪਾਈਦਾ ਅੰਦਰ ਉਹ ਨਾਮ ਅੰਮ੍ਰਿਤ ਬਾਣੀ ਫਿਰ ਸਾਨੂੰ ਅੰਦਰ ਲੈ ਕੇ ਜਾਂਦੀ ਹੈ ਉਹਦੇ ਤੋਂ ਬਗੈਰ ਸਾਡੀ ਸੁਰਤੀ ਨੂੰ ਕੋ ਅੰਦਰ ਲਿਜਾ ਨਹੀਂ ਸਕਦਾ ਤੇ ਨਾਮ ਕੋਈ ਪਵਿੱਤਰ ਕਰ ਸਕਦਾ ਹੈ ਇਕੱਠਾ ਹੀ ਕੰਮ ਚੱਲਣਾ ਨਿਤਨੇਮ ਰੋਜ਼ ਕਰਨਾ ਰੋਜ਼ ਗੁਰੂ ਕੇ ਪਿਆਰਿਓ ਨਾਮ ਜਪਣਾ ਸੰਗਤ ਕਰਨੀ ਇਹਦੇ ਨਾਲ ਮੈਲ ਉਤਰਦੀ ਤੇ ਤ्यों ਤੂੰ ਅੰਦਰ ਜਾਈਦਾ ਜਦੋਂ ਅੰਦਰ ਸੁਰਤੀ ਜਾਂਦੀ ਐ ਨਾ ਮਹਾਰਜ ਕਹਿੰਦੇ ਖੁਣਤਾ ਸੀ ਸੁਣਿਆ ਸੁਣਾਇਆ ਇਹ ਬਚਨ ਕਹਿਨੇ ਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਗੁਰਬਾਣੀ ਬਹੁਤ ਕੀਮਤੀ ਬਹੁਤ ਉੱਚੀ ਐ ਪੜ ਇੱਕ ਸੁਣੀ ਸੁਣਾਈ ਗੱਲ ਜਦੋਂ ਕੋਈ ਅੰਦਰ ਸਤਿਗੁਰੂ ਦੀ ਮੇਰ ਨਾਲ ਜਾਂਦਾ ਗੁਰਬਾਣੀ ਉਸ ਨੂੰ ਉਹ ਰਾਸ ਤੇ ਅੰਦਰ ਲੀਆਂ ਖੇਡਾਂ ਦਿਖਾਉਂਦੀ ਫੇਰ ਗੁਰਬਾਣੀ ਦੀ ਕੀਮਤ ਦਾ ਪਤਾ ਲੱਗਦਾ ਕੀਮਤ ਦਾ ਵੀ ਗੁਰਬਾਣੀ ਕਿੱਡੀ ਵੱਡੀ ਚੀਜ਼ ਜੋ ਜੋ ਮੇਰੇ ਸਤਿਗੁਰਾਂ ਨੇ ਸਾਡੇ ਭਲੇ ਲਿਆ ਕੇ ਦਿੱਤੀ ਕਹਿੰਦੇ ਵਿਰਲੇ ਕਰਮ ਪ੍ਰਾਪਤ ਹੋਏ ਜਦੋਂ ਕੋਈ ਦਾ ਮੁੱਲ ਪਾਉਂਦਾ ਹੈ ਨਾ ਜਦੋਂ ਕਿਸੇ ਨੂੰ ਸੋਝੀ ਹੋਵੇ ਅੰਦਰ ਜਾਵੇ ਉਹਦੀ ਬਖਸ਼ਿਸ਼ ਹੋਵੇ ਨજર ਆਵੇ ਉਹਨੂੰ ਤੇ ਉਹਦੇ ਤੇ ਪ੍ਰਮਾਤਮਾ ਫਿਰ ਬਖਸ਼ਿਸ਼ ਹੋਰ ਕਰਕੇ ਉਹਨੂੰ ਹੋਰ ਅੰਦਰ ਲੈ ਜਾਂਦਾ ਫਿਰ ਕੀ ਹੋਏਗਾ ਉੱਚੀ ਬਾਣੀ ਉੱਚਾ ਹੋਏ ਬਾਣੀ ਉੱਚੇ ਘਰੋਂ ਆਈਏ ਨਿਰੰਕਾਰ ਦੇ ਇਹ ਸਾਡੀ ਸੁਰਤੀ ਨੂੰ ਨਾਲ ਬਨ ਕੇ ਨਾ ਫਿਰ ਉਸ ਜਿੱਥੋਂ ਬਾਣੀ ਆਈ ਉੱਚੇ ਲੈ ਜਾਂਦੀਏ ਜਿੱਥੇ ਕੋਈ ਦੇਸ਼ ਨਹੀਂ ਕੋਈ ਸਮਾ ਨਹੀਂ ਤਾਂ ਇਹਨਾਂ ਜਿਹੜੇ ਵੀ ਇਸ ਰਾਤ ਤੇ ਤੁਰ ਕੇ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਉਹਨਾਂ ਦੀ ਅੱਖਾਂ ਬੰਨ ਨੇ ਉਹ ਸ਼ਾਂਤ ਨੇ ਉਹ ਬਾਹਰੋਂ ਨਹੀਂ ਕਦੇ ਕਹਿੰਦੇ ਪੇ ਇੱਕ ਵਾਰੀ ਦਰਸ਼ਨ ਹੋਏ ਦੋ ਵਾਰੀ ਹੋਏ ਜਾਂ 70 ਵਾਰ ਖੋਏ ਪਿਆਰਿਓ ਨਹੀਂ ਉਹ ਦਰਸ਼ਨ ਜਿਹਨੂੰ ਖੁੰਦੇ ਹਮੇਸ਼ਾ ਲਈ ਨੇ ਜਦੋਂ ਸਖੀ ਵਸ ਆਇਆ ਕੰਤ ਛੋੜ ਨਾ ਜਾਈ ਜਿਹਦੇ ਕੋਲ ਆ ਗਿਆ ਉਹਨੂੰ ਛੱਡ ਕੇ ਕਦੇ ਨਹੀਂ ਜਾਂਦਾ ਉਹ ਪ੍ਰਗਟ ਕਰਨਾ ਖੁੰਦਾ ਹੈ ਅਭਿਆਸ ਕਰ ਕਰਕੇ ਉਹਨਾਂ ਦੀ ਮਿਹਰ ਦੇ ਨਾਲ ਪਰ ਸਤਿਗੁਰੂ ਜੀ ਕਹਿੰਦੇ ਉਹ ਹੈ ਅੰਦਰ ਹੀ ਕਿਵੇਂ ਮਿਲਦਾ ਬਾਣੀ ਨਾਲ ਜੁੜ ਕੇ ਜਦੋਂ ਬਾਣੀ ਨਾਲ ਜੁੜਦੇ ਆ ਨਾ ਤੇ ਫਿਰ ਸਤਿਗੁਰੂ ਜੀ ਤਰਸ ਕਰਕੇ ਉਸ ਦੇ ਦਰਸ਼ਨ ਕਰਾਉਂਦੇ ਪਿਓ ਕਿਵੇਂ ਇਹ ਸ੍ਰਿਸ਼ਟੀ ਦੇ ਅੰਦਰ ਰਮਿਆ ਹੋਇਆ ਕਿਵੇਂ ਉਹ ਕੱਲੇ ਕੱਲੇ ਸਰੀਰ ਦੇ ਅੰਦਰ ਉਹ ਬੈਠਾ ਹੋਇਆ ਇੱਕ ਜਗ੍ਹਾ ਤੇ ਸਤਿਗੁਰੂ ਜੀ ਬਚਨ ਜਿਵੇਂ ਅੱਜ ਕੀਤਾ ਨੇ ਨਾ ਇਸੇ ਤਰੀਕੇ ਨਾਲ ਬੜੇ ਪਿਆਰੇ ਬੱਚੇ ਨੇ ਸਹਿਬ ਜੋਰ ਲਾਰ ਇਹ ਕਹਿੰਦੇ ਜਿਹੜਾ ਦਿੱਸਦਾ ਸੰਸਾਰ ਨਾ ਵੇਖੋ ਜਿਹੜਾ ਨੂੰ ਪਿਛੇ ਚਲਾ ਰਿਹਾ ਸਾਡੀ ਮੰਜ਼ਲ ਉਹਨੂੰ ਵੇਖਣ ਦੀ ਭਗਤ ਕਬੀਰ ਸਾਹਿਬ ਜੀ ਨੇ ਬਚਨ ਕਰਦੇ ਕਹਿੰਦੇ ਜਿਹੜੇ ਤਾਰੇ ਵੇਖਦੇ ਹੋ ਨਾ ਤਾਰੇ ਨੂੰ ਨਾ ਵੇਖੋ ਇਹ ਸੋਚੇ ਤਾਰੇ ਬਣਾਏ ਕਿੰਨੇ ਨੇ ਏਡੇ ਪਿਆਰੇ ਤੇ ਆਪੋ ਆਪਣੀ ਜਗ੍ਹਾ ਤੇ ਕਿੰਨੀ ਕੰਨੀ ਦੂਰ ਤੋਂ ਨੇ ਖੜੇ ਕਰਨੇ ਨੇ ਉਹਨਾਂ ਖੜੇ ਕੀਤੇ ਹੋਏ ਨੇ ਕਹਿੰਦੇ ਭਲਾ ਇਸ ਗੱਲ ਨੂੰ ਕੋਈ ਭਾਗਾ ਵਾਲਾ ਹੀ ਸਮਝੇਗਾ ਆ ਸੂਰਜ ਤੇ ਚੰਦਰਮਾ ਨੂੰ ਰੋਸ਼ਨੀ ਕੌਣ ਦੇ ਰਿਹਾ ਹੈ ਮਹਾਰਾਜ ਇਹਦਾ ਬੜਾ ਪਿਆਰਾ ਬਚਨ ਜੀ ਸਹਿਬ ਕਹਿੰਦੇ ਓਏ ਜੋ ਦੀਸੈ ਅੰਬਰ ਤਾਰੇ ਕੈਨੇ ਓਏ ਚੀਤੇ ਚੀਤਣ ਹਾਰੇ ਹੋਰ ਪੰਡਤ ਅੰਬਰ ਕਾ ਸ਼ੋਲਾਗਾ ਬੂਜੈ ਬੂਜਨ ਖਾਰਸ ਪਾਗਾ ਰਖਾਉ ਸੂਰ ਚੰਦ ਕਰੈ ਉਜਿਆਰਾ ਚਾਨਣ ਵੇਖ ਰਿਹਾ ਪੀ ਸੂਰਜ ਤੇ ਚੰਦਰਮਾ ਪਰ ਇਨਨੂੰ ਕੌਣ ਦੇ ਰਿਹਾ ਚਾਨਣ ਕਿੰਨੇ ਬਣਾਇਆ ਸਭ ਮੈਂ ਪਸਰਿਆ ਬ੍ਰਹਮ ਪਸਾਰਾ ਸਾਰਿਆਂ ਵਿੱਚ ਉਹ ਬ੍ਰਹਮ ਆਪ ਹੀ ਪਸਰਿਆ ਕੋ ਹੈ ਕਹੋ ਕਬੀਰ ਜਾਣੇਗਾ ਸੋਏ ਹਿਰਦੈ ਰਾਮ ਮੁਖ ਰਮੇ ਕੋਈ ਕਹਿੰਦੇ ਖੈ ਉਹ ਆਪ ਹੀ ਪਸਰਿਆ ਸਾਰੀ ਜਗ੍ਹਾ ਤੇ ਪਰ ਇਹਨੂੰ ਜਾਣੇਗਾ ਕੌਣ ਇਸ ਭੇਦ ਨੂੰ ਜਿਹਦੇ ਖਿਰਦੇ ਵਿੱਚ ਵੀ ਵਾਹਿਗੁਰੂ ਦੇ ਜਿੱਤੇ ਜਿਹਦੇ ਮੁਖ ਵਿੱਚ ਵੀ ਵਾਹਿਗੁਰੂ ਹੋਏਗਾ ਇਹਦੇ ਤੋਂ ਬਗੈਰ ਨਹੀਂ ਉਸ ਨੂੰ ਕੋ ਜਾਣਿਆ ਜਾ ਸਕਦਾ ਪਰ ਸਾਡਾ ਮਨ ਚਾਹੁੰਦਾ ਥੋੜੀ ਜੀ ਮਿਹਨਤ ਕਰਕੇ ਬਾਹਰੋਂ ਇੱਕ ਵਾਰੀ ਆਉਣ ਤੇ ਉਹਦੇ ਦਰਸ਼ਨ ਹੋ ਜਾਣ ਤੇ ਅਸੀਂ ਕਹੀਏ ਸਾਨੂੰ ਦਰਸ਼ਨ ਹੋ ਗਏ ਚਾਰ ਬੰਦਿਆਂ ਨੂੰ ਦੱਸਾਂਗੇ ਵੀ ਆਪਾਂ ਨਾਲ ਤੇ ਕੰਮ ਬਣ ਗਿਆ ਆਪਾ ਨੂੰ ਤੇ ਦਰਸ਼ਨ ਖੋ ਗਏ ਸਹਿਬ ਕਹਿੰਦੇ ਇਸ ਤਰ੍ਹਾਂ ਨਹੀਂ ਉਹ ਦਰਸ਼ਨ ਜਿਹੜੇ ਤੂੰ ਕਹਿ ਰਿਹਾ ਉਹ ਚਲਕ ਹੋ ਸਕਦੀ ਏ ਪਰ ਉਹ ਦਰਸ਼ਨ ਜਿਹਨੂੰ ਖੋਏ ਸਦਾ ਉਸ ਦੇ ਅੰਦਰ ਉਹ ਵਸਿਆ ਆਪ ਪਰਮੇਸ਼ਰ ਆਪ ਉਹ ਉਹਨਾਂ ਦੀ ਮੇਹਰ ਖੋਈ ਸਹਿਬ ਕਹਿੰਦੇ ਨੇ ਪਾਈ ਇਹਨੂੰ ਨਾ ਐਵੇਂ ਨਾ ਸਮਝੋ ਕਿਹੜਾ ਕਿਹੜਾ ਬਚਨ ਸਾਂਝਾ ਕਰਾਂ ਇੱਕ ਜਗ੍ਹਾ ਤੇ ਸਹਿਬ ਕਹਿੰਦੇ ਸੰਤ ਸੱਜਣ ਸੁਨੋ ਸਭ ਮੀਤਾ ਝੂਠਾ ਇਹ ਪਸਾਰਾ ਮੇਰੀ ਮੇਰੀ ਕਰ ਕਰ ਡੂਪੇ ਖਪਕਾ ਮੂਏ ਗਵਾਰਾ ਗੁਰਮਿਲ ਨਾਨਕ ਨਾਮ ਧਿਆਇ ਆ ਸਾਚਨਾ ਨਿਸਤਾਰਾ ਕਹਿੰਦੇ ਮੇਰੇ ਸਜਣੋ ਸੰਤੋ ਸੁਣੋ ਆ ਪਸਾਰਾ ਤੇ ਜਿਹੇ ਝੂਠਾ ਇਹਦੇ ਨਾਲ ਤਾਂ ਜਿਹੜਾ ਵੀ ਜੁੜ ਕੇ ਡੁੱਬ ਗਿਆ ਪਰ ਜਿਨ੍ਹਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਮਿਲ ਗਿਆ ਉਹ ਨਾਮ ਦੇਂਦੇ ਕਾ ਜਦੋਂ ਨਾਮ ਨੂੰ ਕੋ ਧਿਆਉਂਦਾ ਏ ਫਿਰ ਉਹਨੂੰ ਦਰਸ਼ਨ ਦੇਦਾਰ ਹੁੰਦੇ ਨੇ ਪਰ ਉਹ ਪਰਮਾਤਮਾ ਜਿਹੜਾ ਅੰਦਰ ਵਸਦਾ ਏ ਜਿਹਦੇ ਦਰਸ਼ਨ ਕਰਨ ਲਈ ਅਸੀਂ ਚਾਹੁੰਦੇ ਆਂ ਕਿ ਦਰਸ਼ਨ ਖੋਣ ਉਹਦੇ ਦਰਸ਼ਨ ਕੀ ਨੇ ਉਹਨੂੰ ਅੰਦਰੋਂ ਮਹਿਸੂਸ ਕਰਨਾ ਹੁੰਦਾ ਹੈ ਮਹਿਸੂਸ ਨਾਮ ਜਪ ਕੇ ਬਾਣੀ ਪੜ੍ਹ ਕੇ ਸਤਿਗੁਰਾਂ ਦੀ ਮਿਹਰ ਨਾਲ ਉਹ ਹੁੰਦੇ ਨੇ ਜਦੋਂ ਆਪਾਂ ਆਸਾ ਦੀ ਵਾਰ ਪੜ੍ਹਦੇ ਆਂ ਨਾ ਤੇ ਆਸਾ ਦੀ ਵਾਰ ਦੇ ਅੰਦਰ ਪਿਆਰਿਓ ਮਹਾਰਾਜ ਇਹ ਜਿਹੜੀ ਪਹਿਲੀ ਪੌੜੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤੇ ਉਹਦੇ ਵਿੱਚ ਬੜੇ ਪਿਆਰੇ ਬਚਨ ਇਸ ਦੇ ਸੰਬੰਧ ਵਿੱਚ ਕਹੇ ਨੇ ਪਹਿਲੀ ਪੌੜੀ ਹੈ ਆਸਾ ਜੀ ਦੀ ਵਾਰ ਦੀ ਸਾਹਿਬ ਕਹਿੰਦੇ ਆਪਿ ਨੇ ਆਪ ਸਾਜਿਓ ਆਪਿ ਨੇ ਰਚਿਓ ਨਾਉ ਮੈਂ ਇੱਕ ਬੇਨਤੀ ਕਰਾਂ Hindu ਧਰਮ ਦੇ ਅੰਦਰ ਓਮ ਕਿਹਾ ਜਾਂਦਾ ਓਮ ਓਮ ਪਹਿਲਾਂ ਜਿਵੇਂ ਆਪਾਂ ਤਿੰਨ ਲਿਖਦੇ ਇਸ ਤਰ੍ਹਾਂ ਲਿਖਿਆ ਹੁੰਦਾ ਉਦੇ ਪਿੱਛੇ ਥੋੜੀ ਜੀ ਡੰਡੀ ਬਾਹਰ ਨੂੰ ਉਹਦੇ ਉੱਪਰ ਇੱਕ ਚੰ드ਰਮਾ ਤੇ ਵਿਚਕਾਰ ਨਿੱਕਾ ਜਿਹਾ ਤਾਰਾ ਦਿਖਾਇਆ ਜਾਂਦਾ ਹੈ ਤਿੰਨ ਦਾ ਮਤਲਬ ਹੈ ਜਿਹਦੇ ਵਿੱਚ ਤਿੰਨੇ ਗੁਣ ਇਹ ਮਾਇਆ ਦੇ ਸਮਾ ਕੇ ਬੀਤ ਚੁੱਕਾ ਵੀ ਖੋਣ ਵੀ ਅਗਾ ਆਉਣ ਵਾਲਾ ਵੀ ਜਿਹੜਾ ਉੱਪਰ ਗੁਰੂ ਖਿਪਿਆ ਰਹੋ ਚੰ드ਰਮਾ ਤੇ ਤਾਰਾ ਉਹ ਵੀ ਰੱਬੀ ਪ੍ਰਕਾਸ਼ ਜੋਤੀ ਉਹਦਾ ਅਰਥ ਹੈ ਉਹ ਕਹਿੰਦੇ ਇਹ ਇਸ ਦਾ ਪਾਠ ਕਰਦੇ ਓਮ ਉਹਦਾ ਮਤਲਬ ਇਹ ਗੁਰੂ ਕੇ ਪਿਆਰੋ ਜਿਹਦੇ ਚ ਆਵਾਜ਼ ਤੇ ਪ੍ਰਕਾਸ਼ ਦੋ ਚੀਜ਼ਾਂ ਉਸ ਨੇ ਬਣਾਈਆਂ ਤੇ ਉਹਦੇ ਚ ਸਾਰਾ ਖੇਡ ਜਿਹੜਾ ਬਣ ਗਿਆ ਪਰ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਹੋਰ ਮਿਹਰ ਕੀਤੀ ਉਥੇ ਕੇਵਲ ਤਿੰਨ ਦੀ ਤਰ੍ਹਾਂ ਹੈ ਖੁੱਲਾ ਮਤਲਬ ਇਹ ਕਿ ਉਹ ਖੇਡ ਅਜੇ ਬਣਾ ਰਿਹਾ ਉਹਨੇ ਬੰਦ ਨਹੀਂ ਕੀਤੀ ਪਰ ਉਹ ਵੀ ਪਈ ਦੋ ਚੀਜ਼ਾਂ ਤੋਂ ਖੇਡ ਬਣੀ ਪਰ ਸਦਕੇ ਜਾਈਏ ਧੰ ਗੁਰੂ ਨਾਨਕ ਸਾਹਿਬ ਨੇ ਊੜਾ ਬਣਾ ਦਿੱਤਾ ਤੇ ਊੜੇ ਦਾ ਆਗੂ ਮੂੰਹ ਉੱਪਰੋਂ ਖੁੱਲਾ ਰੱਖਿਆ ਬੰਦ ਨਹੀਂ ਕੀਤਾ ਖੁੱਲੇ ਦਾ ਮਤਲਬ ਵੀ ਪਰਮੇਸ਼ਰ ਨੇ ਸ੍ਰਿਸ਼ਟੀ ਰਾਜ ਕੇ ਨਾ ਉਸ ਨੂੰ ਬੰਦ ਨਹੀਂ ਕੀਤਾ ਜੇ ਊੜਾ ਬੰਦ ਹੁੰਦਾ ਤਾਂ ਮਤਲਬ ਜਿਹੜੇ ਜਿਹੜੇ ਚੰਨ ਤਾਰੇ ਗ੍ਰਹਿ ਬਣਨੇ ਸੀ ਬਣਗੇ ਹੋਰ ਨਹੀਂ ਬਣਨੇ ਪਰ ਨਹੀਂ ਖੁੱਲੇ ਦਾ ਮਤਲਬ ਇਹ ਨਿਤ ਨਵੇਂ ਆਪਾਂ ਵੇਖਦੇ ਨੇ ਸਾਇੰਸ ਜਦੋਂ ਲੱਭ ਲੱਭ ਕੇ ਦੇਂਦੀ ਇੱਕ ਹੋਰ ਗ੍ਰਹਿ ਮਿਲ ਗਿਆ, ਹੋਰ ਚੰ드ਰਮਾ ਵੇਖ ਲਿਆ, ਹੋਰ ਵੀ ਸੂਰਜ ਨੇ ਕਿਤਨੀ ਉਹਦੀ ਖੋਜ ਖੋ ਰਹੀ ਏ। ਉਹ ਉਪਰੋਖ ਹੈ ਖੁੱਲਾ ਸਾਧ ਸੰਗਤ ਪਰ ਅੱਗੇ ਸਤਿਗੁਰੂ ਜੀ ਨੇ ਇੱਕ ਲਾ ਦਿੱਤਾ ਹੈ। ਕਹਿਣ ਲੱਗੇ ਇੱਕ ਪਰਮੇਸ਼ਰ ਹੈ, ਉਹਦੇ ਵਿੱਚੋਂ ਇਹ ਆਵਾਜ਼ ਤੇ ਪਿਆਰਿਓ ਇਹ ਜਿਹੜਾ ਪ੍ਰਕਾਸ਼ ਪੈਦਾ ਹੋਇਆ ਇੱਕ ਚੁੱਕ ਹੋਇਆ। ਪਹਿਲਾਂ ਇੱਕ ਨਹੀਂ ਸੀ। ਸਾਧ ਸੰਗਤ ਇਕ ਦਾ ਇਸੇ ਧੰ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਕੋਈ ਕਹਿੰਦਾ ਖੜਾਕ ਹੋਇਆ ਸੀ ਕੀ ਤਪ ਸਭ ਨੂੰ ਕੁਵਾਓ ਫਿਰ ਖੜਕਾ ਹੋਇਆ ਤੇ ਸ੍ਰਿਸ਼ਟੀ ਬਣ ਗਈ ਸਤਿਗੁਰੂ ਜੀ ਨੇ ਇੱਕ ਲਾਇਆ ਇੱਕ ਅਕਾਲ ਪੁਰਖ ਵਾਕਿ ਕਰੋ ਜੀ ਉਹ ਆਪ ਨੇ ਉਹਨਾਂ ਵਿੱਚੋਂ ਆਵਾਜ਼ ਤੇ ਪ੍ਰਕਾਸ਼ ਵਾਰੀ ਵਾਰੀ ਨੇ ਇਕੱਠੇ ਨਿਕਲ ਰਹੇ ਨੇ ਤੇ ਇਕੱਠੇ ਹੀ ਸਾਰੀ ਸ੍ਰਿਸ਼ਟੀ ਦੀ ਖੇਡ ਰਚਾ ਰਹੇ ਨੇ ਉਹ ਮੇਰ ਕਰਕੇ ਇਹ ਖੇਡ ਰਚਾ ਰਹੇ ਨੇ ਜਦ ਕੋ ਨਾਮ ਜਪਦਾ ਏ ਉਹਦੀ ਸੁਰਤੀ ਅੰਦਰ ਜਾਂਦੀ ਉਹਨੂੰ ਦੋਵੇਂ ਚੀਜ਼ਾਂ ਪਰਮੇਸ਼ਰ ਸੁਣਾਉਂਦਾ ਹੈ ਪ੍ਰਕਾਸ਼ ਦੇ ਵੀ ਦਰਸ਼ਨ ਕਰਾਉਂਦਾ ਤੇ ਆਵਾਜ਼ ਵੀ ਦਿੰਦਾ ਏ ਇੱਕ ਵਾਰ ਸੰਤ ਕਾਨੀ ਗੁਰਬਚਨ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਅਭਿਆਸ ਜਦੋਂ ਕਰਦੇ ਸਨ ਤੇ ਅਭਿਆਸ ਕਰਦੇ ਆ ਕਰਦੇ ਆ ਉਹਨਾਂ ਨੂੰ ਅੰਦਰੋਂ ਬਹੁਤ ਜ਼ੋਰ ਦੀ ਗੜਗੜਾਟ ਦੀ ਆਵਾਜ਼ ਆਈ ਉਹਨਾਂ ਸੰਤ ਬਾਬਾ ਸੁੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਜੀ ਅੱਜ ਜਿਵੇਂ ਕੋਈ ਬਹੁਤ ਵੱਡੀ ਚੀਜ਼ ਟੁੱਟ ਰਹੀ ਖੋਵੇ ਇਸ ਤਰ੍ਹਾਂ ਦੀ ਆਵਾਜ਼ ਕਿਉਂ ਆਈ ਉਹ ਕਹਿਣ ਲੱਗੇ ਕਬਰਾਨਾ ਨਹੀਂ ਦੇ ਅਧਿਆਸ ਟੁੱਟ ਰਿਹਾ ਹੈ ਸੁਰਤੀ ਉਹ ਇਸ ਦੁਨੀਆ ਦੇ ਮੰਡਲ ਨੂੰ ਟੱਪ ਕੇ ਅੱਗੇ ਜਾ ਰਹੀ ਏ ਅਜੇ ਬੜਾ ਕੁਝ ਆਉਣਾ ਤੁਰੇ ਰਵੋ ਪਰ ਬਾਦ ਵਿੱਚ ਇਹ ਅਨਕਦ ਸ਼ਬਦ ਜਿਹੜਾ ਸਤਿਗੁਰੂ ਤੇ ਸਤਪੁਰਸ਼ ਤੇ ਤੁਸੀਂ ਜਪਣ ਵਾਲੇ ਦੱਸਦੇ ਰਹਿੰਦੇ ਹੋ ਕਿ ਲਗਾਤਾਰ ਸ਼ਬਦ ਸੁਣਦਾ ਕਿਸੇ ਨੂੰ ਵਾਜੇ ਪੰਚ ਸ਼ਬਦ ਸੁਣਦੇ ਕਾਨ ਤੇ ਦੂਸਰਾ ਪ੍ਰਕਾਸ਼ ਸਤਿਗੁਰੂ ਜੀ ਨੇ ਕਿਰਪਾ ਕਰਕੇ ਨਾ ਇੱਕ ਪਾਇਆ ਤੇ ਇੱਕ ਵਿੱਚੋਂ ਹੀ ਨਿਕਲ ਰਹੇ ਨੇ ਕੋਈ ਦੂਜਾ ਨਹੀਂ ਉਹ ਇੱਕ ਦਾ ਹੀ ਸਾਰਾ ਆਪਸਾਰਾ ਤੇ ਆਸਾ ਦੀ ਵਾਰ ਜਦੋਂ ਸ਼ੁਰੂ ਹੁੰਦੀ ਏ ਤੇ ਪਹਿਲੀ ਪੌੜੀ ਆਪ ਹੀ ਨੇ ਆਪ ਸਾਜਿਓ ਰੱਬ ਨੂੰ ਕਿਸੇ ਨੇ ਬਣਾਇਆ ਨਹੀਂ ਉਹਨੇ ਕੀ ਕੀਤਾ ਆਪਣੇ ਸਹਭੰ ਉਹ ਆਪਣੇ ਆਪ ਨੂੰ ਨੇ ਆਪ ਹੀ ਸਾਜ ਲਿਆ ਹੈ ਆਪੀ ਨੇ ਰਚੋ ਨਾਉ ਫਿਰ ਉਹਨੇ ਨਾਂ ਰੱਖ ਲੈ ਕਿ ਸਾਥ ਸੰਗਤ ਹੈ ਤੂੰ ਆਪ ਹੀ ਪਰ ਉਹ ਆਪ ਜਦੋਂ ਨੇ ਆ ਖੇਡ ਬਣਾਈ ਨਾ ਕਿਧਰੇ ਉਹਨੇ ਬੰਦੇ ਦਾ ਸਰੀਰ ਉੱਤੇ ਬਣਾ ਲਿਆ ਕਿਧਰੇ ਪੰਛੀ ਦਾ ਬਣਾ ਲਿਆ ਕਿਧਰੇ ਪਸ਼ੂ ਦਾ ਬਣਾ ਲਿਆ ਕਿਧਰੇ ਉੱਪਰ ਉਹਨੇ ਇਹ ਕਪੜਾ ਪਹਿਨ ਲਿਆ ਸ਼ਰੀਰਾਂ ਦਾ ਪਹਾੜਾਂ ਦਾ ਪੱਥਰਾਂ ਦਾ ਦਰਖਤਾਂ ਦਾ ਜਲ ਤੇ ਜੀਵਾਂ ਦਾ ਆ ਜਿੰਨਾ ਪਸਾਰਾ ਏ ਅੰਦਰ ਉਹ ਆਪ ਹੀ ਦੂਈ ਕੁਦਰਤ ਸਾਜੀ ਐ ਕਰ ਆਸਨ ਡਿਠੋ ਚਾਓ ਹੁਣ ਉਹਨੇ ਆ ਜਿਹੜੇ ਦੋ ਬਣਾਏ ਨਾ ਦੋ ਆਪਣੇ ਤੋਂ ਉਹਨੇ ਆ ਸਾਰੀ ਸ੍ਰਿਸ਼ਟੀ ਰਚੀ ਐ ਧੰ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਕਹਿੰਦੇ ਸ੍ਰਿਸ਼ਟੀ ਬਣਾ ਕੇ ਨਾ ਕਰ ਆਸਨ ਡਿਠੋ ਚਾਓ ਵਿੱਚ ਆ ਬੈਠਾ ਉੱਪਰ ਉਹਦੇ ਕੱਪੜੇ ਨੇ ਅੱਜ ਵੀ ਸਤਿਗੁਰੂ ਕਹਿ ਰਹੇ ਨੇ ਨਾ ਭਈ ਦੇਖੋ ਇਹਦੇ ਅੰਦਰ ਜਿਹੜਾ ਬੈਠਾ ਉਹਨੂੰ ਲੱਭੋ ਤੁਸੀਂ ਤੇ ਬਾਹਰ ਹੀ ਖਲੋਗੇ ਅਸੀਂ ਕੀ ਕਰੀਏ ਸਾਡੀ ਸੋਚ ਸਾਡਾ ਮਨ ਸਾਨੂੰ ਬਾਹਰ ਤੱਕ ਰੱਖਦਾ ਸਤਿਗੁਰੂ ਕਹਿੰਦੇ ਅੰਦਰ ਤੱਕ ਜਾਓ ਅੰਦਰ ਉਹ ਆ ਬੈਠਾ ਏ ਕੱਲੇ ਕੱਲੇ ਦੇ ਅੰਦਰ ਉਹ ਬੈਠਾ ਏ ਸਾਬ ਜੀ ਨੇ ਕਿਵੇਂ ਬਚਨ ਜਦੋਂ ਆਪਾਂ ਰਹਿ ਰਾਸ ਸਾਹਿਬ ਕਰਦੇ ਆ ਤੇ ਕਿੰਨੇ ਪਿਆਰ ਨਾਲ ਕਹਿੰਦੇ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੇਂ ਸਭ ਧਾਂਤੋ ਜੀ ਖਰ ਸੱਚੇ ਸਿਰਜਣ ਖਾਰਾ ਅਗੇ ਕਹਿੰਦੇ ਇੱਕ ਦਾਤਿਕ ਪੇਖਾਰੀ ਜੀ ਸਭ ਤੇਰੇ ਚੋੜ ਸਭਨਾਂ ਦੇ ਅੰਦਰੋਂ ਆਪੀਏ ਮੇਰੇ ਕਹਿਨ ਤੋਂ ਮੁਰਾਦ ਗੁਰੂ ਕੇ ਪਿਆਰਿਓ ਗੱਲ ਕਰ ਰਿਹਾ ਸਾਂ ਪ੍ਰਮਾਤਮਾ ਦੇ ਦਰਸ਼ਨ ਕੀ ਨੇ ਉਹਨਾਂ ਦੇ ਦਰਸ਼ਨ ਕਿਵੇਂ ਖੁੰਦੇ ਨੇ ਕਿ ਇੱਕ ਝਲਕ ਮਾਤਰ ਖੋ ਜਾਣੀ ਇਹ ਕਾਫੀ ਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਖੁੰਦਿਆ ਕਿਸੇ ਹੋਰ ਦਰਸ਼ਨਾਂ ਦੀ ਲੋੜ ਕਹਿ ਬਿਲਕੁਲ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਡੇ ਮੂਤੇ ਬਚਨ ਖਵਾੰਦੇ ਨੇ ਕੜੀ ਮੁੜੇ ਉਹਦੇ ਦਰਸ਼ਨਾਂ ਦੀ ਪਿਆਸ ਲਾ ਉਹਦੇ ਦਰਸ਼ਨਾਂ ਲਈ ਅੱਖ ਬਣਾ ਉਹਦੇ ਦਰਸ਼ਨਾਂ ਲਈ ਸੁਰਤੀ ਨੂੰ ਪਵਿੱਤਰ ਕਰ ਉਹ ਕਿੱਥੇ ਵੇ ਸਾਬ ਕਹਿੰਦੇ ਆ ਪੀਨੇ ਸਾਜੂ ਆ ਪੀਨੇ ਰਚਿਓ ਨਾਉ ਦੋਈ ਕੁਦਰਤ ਸਾਜਿਏ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਦਾਤਾ ਸਾਰਿਆਂ ਨੂੰ ਆਪ ਦੇ ਰਿਹਾ ਕਰਤਾ ਉਹ ਆਪ ਹੀ ਸਾਰਾ ਕੁਝ ਕਰ ਕਰਾ ਰਿਹਾ ਹੈ ਤੁਸ ਦੇਵੈ ਕਰੈ ਪਸਾਉ ਜਿਹਦੇ ਤੇ ਤਰੁੱਠ ਪੈਂਦਾ ਉਹਨਾਂ ਨੂੰ ਬੰਦਗੀ ਤੇ ਇਦਾਤੇ ਦੇਂਦਾ ਬਖਸ਼ਿਸ਼ ਕਰ ਦਿੰਦਾ ਜਿਨ੍ਹਾਂ ਤੇ ਤਰੁੱਠ ਪੈਂਦਾ ਤੂੰ ਜਾਣ ਹੋਈ ਸਭ ਸੈ ਫਿਰ ਉਹਖੇ ਪ੍ਰਮਾਤਮਾ ਤੂੰ ਸਾਰਿਆਂ ਦੇ ਅੰਦਰ ਨੂੰ ਜਾਣਦਾ ਕਿਉਂਕਿ ਤੂੰ ਬੈਠਾ ਹੀ ਆਪ ਅੰਦਰ ਅਸੀਂ ਤੇ ਬਾਹਰੋਂ ਜਦੋਂ ਕੋਈ ਅੰਦਰੋਂ ਪਾਪ ਕਰਦੇ ਤੇ ਬਾਹਰੋਂ ਦੁਨੀਆ ਤੋਂ ਲੁਕੋਣੇ ਆ ਸਾਹਿਬ ਕਹਿੰਦੇ ਉਹ ਤੇ ਅੰਦਰ ਹੀ ਬੈਠਾ ਉਹਦੇ ਕੋਲ ਕਿਵੇਂ ਲਕੋ ਲਏਗਾ ਅਗਲਾ ਬਚਨ ਸੁੜਾ ਧਿਆਨ ਵਿੱਚ ਲਿਆਣਾ ਦੇਹ ਲੈ ਸੇ ਜਿੰਦ ਕਬਾਓ ਦੇਹ ਲੈ ਸੇ ਸਰੀਰ ਲੈ ਲਿੰਦਾ ਫਿਰ ਖੋਰ ਤੇ ਦੇ ਦਿੰਦਾ ਜਿਵੇਂ ਜਪਜੀ ਸਾਹਿਬ ਚ ਬਚਨ ਆਉਂਦਾ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਸਰੀਰ ਸਾਜ ਲੈਿੰਦਾ ਢਾਲਿੰਦਾ ਲੈਕ ਤੇ ਦੇ ਲਿੰਦਾ ਇਹ ਉਹਦੀ ਖੇੜ ਏ ਪ੍ਰਮਾਤਮਾ ਦੀ ਪਰ ਸਾਨੂੰ ਇੱਕ ਗੱਲ ਅਗਲੀ ਬੜੀ ਖਲਾਉਣ ਵਾਲੀ ਜਿੰਦ ਕਬਾਉ ਜਿੰਦ ਦੱਦੇ ਨੂੰ ਔਂਕੜੇ ਜਿੱਥੇ ਔਂਕੜ ਆਵਿਓ ਕਿਸੇ ਖਾਸ ਦੀ ਗੱਲ ਹੋ ਰਹੀ ਖਾਸ ਜਿੰਦ ਸਤ ਪੁਰਸ਼ਾਂ ਨੇ ਬਹੁਤ ਕਿਰਪਾ ਕੀਤੀ ਕਹਿਣ ਲੱਗੇ ਦੇਖਣਾ ਜਰਾ ਕੀ ਮਤਲਬ ਏ ਇਹਦੇ ਅਰਥ ਨੇ ਜੇਕਰ ਸਿਖੋਣ ਵੇਖੀਏ ਆਪਣੇ ਵੱਲ ਅਸੀਂ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਅਸ਼ਾਂਤਾਂ ਕਲੇਸ਼ਾਂ ਚ ਕਿ ਰਹੇ ਆਂ ਸਾਰਾ ਕੁਝ ਸਾਡੇ ਕੋਲ ਹੁੰਦਿਆਂ ਸੁਂਦਿਆਂ ਪਰੇਸ਼ਾਨ ਭਈ ਸਾਰਾ ਕੁਝ ਕੋਲ ਏ ਅਸ਼ਾਂਤ ਕੋਈ ਵਿਰਲਾ ਹੋ ਗਿਆ ਜਿਹੜਾ ਕਵੀ ਮੈਂ ਆਪਣੀ ਜ਼ਿੰਦਗੀ ਚ ਸੰਤੁਸ਼ਟਾਂ ਕਿ ਜੋ ਕੁਝ ਮੇਰੇ ਕੋਲ ਏ ਖੁਸ਼ਾਂ ਕੋਈ ਬੰਦਾ ਖੁਸ਼ ਨਹੀਂ ਆਪਣੇ ਆਪ ਤੋਂ ਖੁਸ਼ ਨੇ ਜਿਹੜੇ ਰੱਬ ਨਾਲ ਜੁੜ ਕੇ ਬਾਕੀ ਨਹੀਂ ਹੋਇਆ ਕਿ ਸਤਿਗੁਰੂ ਕਹਿੰਦੇ ਦੇਖ ਜੇ ਤੂੰ ਜੇਖੋ ਜੇ ਤੇਰੀ ਖੂਨ ਖਾਲਤ ਏ ਤੈਨੂੰ ਖਾਸ ਜਿੰਦ ਅਗਲਾ ਸ਼ਰੀਰ ਜਦੋਂ ਤੈਨੂੰ ਮਿਲੇਗਾ ਉਹ ਤੇਰੀ ਸੁਰਤੀ ਇਹ ਜਿੰਦ ਉਹ ਉੱਥੇ ਪਹੁੰਚ ਜਾਏਗੀ ਇਹ ਹੀ ਜਾਏਗੀ ਜੇ ਹੁਣੇ ਕਲਾ ਕਲੇਸ਼ਨਲ ਭਰੀ ਏ ਇਹ ਅਗਲੇ ਸ਼ਰੀਰ ਵਿੱਚ ਗਈ ਉੱਥੇ ਵੀ ਫਿਰ ਕਲੇਸ਼ ਤੇ ਪਹਿਲਾਂ ਹੀ ਇਹਦੇ ਕੋਲ ਬਹੁਤ ਹੈ ਕਿਵੇਂ ਜ਼ਿੰਦਗੀ ਕੱਟੇਗਾ ਸਾਬ ਕਹਿੰਦੇ ਇਸ ਕਰਕੇ ਹੁਣੇ ਹੀ ਮੌਕਾ ਏ ਇਹਨੂੰ ਪਵਿੱਤਰ ਕਰੀਏ ਇਸ ਨੂੰ ਧੋ ਲਈਏ ਅਸੀਂ ਸੁਖੀ ਹੋ ਕੇ ਜਾਈਏ ਤਾਂ ਕਿ ਜਿੱਥੇ ਵੀ ਜਾਈਏ ਜਦੋਂ ਇਹ ਸੁਖੀ ਅੰਜ ਹੋ ਗਈ ਸਾਹਿਬ ਕਹਿੰਦੇ ਅਸੀਂ ਜਾਣ ਹੀ ਦੇਣਾ ਕਿਸੇ ਹੋਰ ਸ਼ਰੀਰ ਅੰਦਰ ਅਸੀਂ ਦਰਗਾਹ ਵਿੱਚ ਤੈਨੂੰ ਲੈ ਕੇ ਜਾਵਾਂਗੇ ਤੋ ਸਾਹਿਬ ਕਹਿੰਦੇ ਭਾਈ ਕਰ ਆਸਨ ਡਿੱਠੋ ਚਾਉ ਉਹ ਅੰਦਰ ਬੈਠਾ ਹੈ ਤੇ ਅੰਦਰ ਬੈਠੇ ਨੂੰ ਮਿਲਣ ਲਈ ਸਾਨੂੰ ਅੰਦਰ ਜਾਣਾ ਪਵੇਗਾ ਅੰਦਰ ਅਸੀਂ ਸਿੱਧੇ ਨਹੀਂ ਜਾ ਸਕਦੇ ਅੰਦਰ ਗੁਰੂ ਲੈ ਕੇ ਜਾਂਦਾ ਹੈ ਤੇ ਗੁਰੂ ਕਿਵੇਂ ਲੈ ਕੇ ਜਾਂਦਾ ਹੈ ਜਦੋਂ ਅਸੀਂ ਗੁਰੂ ਵਾਲੇ ਬਣਦੇ ਹਾਂ ਉਹ ਨਾਮ ਦੇ ਇਹਨੇ ਉਹ ਸੁਰਤੀ ਫਿਰ ਦਰਸ਼ਨ ਕਰਦੇ ਉਹ ਮਹਿਸੂਸ ਕਰੇਗੇ ਬਾਹਰਲੀ ਅੱਖਾਂ ਨਾਲ ਨਹੀਂ ਜਦੋਂ ਕੋ ਰੱਬ ਦੀ ਗੱਲ ਕਰੇਗਾ ਤੇ ਤੁਹਾਡੀਆਂ ਜੇ ਅੰਦਰ ਪਿਆਰ ਹੋ ਦੇ ਨਾਲ ਇੱਕਦਮ ਬਦੋ ਬਦੀ ਅੱਖ ਬੰਦ ਹੋ ਜਾਏਗੀ ਕਿਉਂਕਿ ਉਹ ਅੰਦਰੋਂ ਦੇਖ ਰਿਹਾ ਹੈ ਬਾਹਰੋਂ ਨਹੀਂ ਪਹਿਲਾਂ ਤੇ ਦੇਖੋ ਨਾ ਬੰਦ ਅੱਖ ਬੰਦੀ ਕਰਨੀ ਓਕੀ ਮਨ ਕਰਨੀ ਨਹੀਂ ਦਿੰਦਾ ਪਰ ਜਦੋਂ ਕਿਸੇ ਤੇ ਕਿਰਪਾ ਖੋ ਗਈ ਉਹਨੂੰ ਦਰਸ਼ਨ ਖੋਏ ਔਰ ਅੰਦਰੋਂ ਪਹਿਲਾ ਆਪਣੇ ਅੰਦਰੂ ਖੋਣਗੇ ਫਿਰ ਸਾਬ ਕਹਿੰਦੇ ਜਿੱਤਰ ਵੀ ਤੱਕਾਂਗੇ ਫਿਰ ਬਾਹਰ ਉਹੀ ਉਹ ਨਜ਼ਰ ਆਏਗਾ ਹੁਣ ਤਿੰਨ ਸਾਨੂੰ ਨਜ਼ਰ ਆਉਂਦੇ ਬੰਦੇ ਦਿਸਦੇ ਨੇ ਚੀਜ਼ਾਂ ਦਿਸਦੀਆਂ ਨੇ ਪਰ ਜਦੋਂ ਅੰਦਰੂ ਆਪਣੇ ਦਿਸੇ ਫਿਰ ਉਹ ਅੱਖ ਮਿਲ ਗਈ ਫਿਰ ਲੱਗਦਾ ਨਹੀਂ ਤੇ ਉਹਦਾ ਆਪਣਾ ਹੀ ਪਸਾਰਾ ਹੈ ਮੈਨੂੰ ਲੱਗਦਾ ਸੀ ਇਹ ਕੋਈ ਹੋਰ ਹੈ ਸਰਮਦ ਫਕੀਰ ਵਰਗਿਆਂ ਨੂੰ ਜਦੋਂ ਵਕਤ ਦੀ ਅੰਨੀ ਹਕੂਮਤ ਨੇ ਉਹਨਾਂ ਨੂੰ ਵੀ ਤਸੀਹੇ ਦੇ ਕੇ ਮਾਰਨਾ ਚਾਹਿਆ ਜਲਾਦ ਸਾਹਮਣੇ ਆ ਕੇ ਖਲੋ ਗਿਆ ਜਲਾਦ ਉਹ ਵੇਖ ਕੇ ਸਰਮਦ ਫਕੀਰ ਖੜਕੜਾ ਕੇ ਹੱਸਿਆ ਕਹਿਣ ਲੱਗੇ ਮੈਂ ਜਲਾਦ ਬਣ ਕੇ ਆਇਆ ਤੁਸੀਂ ਖਸ ਰਹੇ ਹੋ ਕਹਿੰਦੇ ਨਹੀਂ ਮੈਨੂੰ ਤਾਂ ਜਲਾਦ ਹੀ ਦਿਸਦੇ ਹੱਸਦਾ ਤਾਂ ਵਾਹ ਮੇਰੇ ਅੱਲਾਹ ਤਾਲਾ ਇਧਰ ਬੈਠ ਕੇ ਨਾਮ ਜਪਾਰੇ ਸੱਚ ਬੁਲਾ ਰਹੇ ਐ ਇਧਰ ਜ਼ੁਬਾਨ ਤੋਂ ਬੁਲਾ ਕੇ ਕਿਤਨੇ ਲੋਕਾਂ ਨੂੰ ਅੱਲਾਹ ਆਪਣੇ ਨਾਲ ਜੋੜ ਰਿਹਾ ਐ ਤੇ ਹੁਣ ਅੱਲਾ ਤੂੰ ਹੀ ਜਲਾਦ ਬਣ ਕੇ ਮੇਰੇ ਸਾਹਮਣੇ ਆ ਕੇ ਖਲੋਗੇਂ ਤੇਰੀ ਕੈਸੀ ਖੇੜ ਏ ਕਿਦਰੇ ਜਲਾਦ ਬਣ ਗਏ ਕਿਦਰੇ ਭਗਤ ਬਣ ਰਿਹਾ ਸਭ ਤੇਰਾ ਹੀ ਪਸਾਰਾ ਏ ਕਿਸੇ ਹੋਰ ਦਾ ਨਹੀਂ ਇਹਦਾ ਮਤਲਬ ਪਹਿਲਾਂ ਅੰਦਰੋਂ ਦੇਖਿਆ ਭਗਤ ਕਬੀਰ ਸਾਹਿਬ ਜੀ ਜਗਾ ਕਹਿੰਦੇ ਪਹਿਲਾਂ ਤੇ ਜਦੋਂ ਤੁਰੇ ਸਾਂ ਉਦੋਂ ਤੇ ਸਾਰੇ ਲੋਕ ਦਿਸਦੇ ਸਾਂ ਹੁਣ ਆਖਿਆ ਉਦੋਂ ਤੇ ਮੰਗਦੇ ਸਾਂ ਰੱਬਾ ਇੱਕ ਝਲਕ ਦੇ ਦੇ ਜਦੋਂ ਦੀ ਕਿਰਪਾ ਹੋਈ ਹੁਣ ਜਿੱਧਰ ਵੀ ਤੱਕਦੇ ਆਂ ਤੇ ਦਿਸਦਾ ਹੀ ਪ੍ਰਮਾਤਮਾ ਤਾਂ ਹੀ ਤੋਂ ਕਾਲੇ ਨਹੀਂ ਪੈਂਦੇ ਕਿਸੇ ਚੀਜ਼ ਨੂੰ ਵੇਖ ਕੇ ਪਰ ਉਹ ਝਗੜਦੇ ਨਹੀਂ ਕਿਉਂਕਿ ਕਹਿੰਦੇ ਪਿੱਛੇ ਆਪ ਹੀ ਬੈਠਾ ਹੋਇਆ ਕਿੰਦੇ ਤੇ ਰੋਸ ਕਰੀਏ ਕਿੰਨੂੰ ਦੋਸ਼ ਦਈਏ ਭਗਤ ਜੀ ਦਾ ਇੱਕ ਬਚਾ ਨੇ ਸਹਿਬ ਕਹਿੰਦੇ ਦੋਏ ਦੋਏ ਲੋਚਨ ਪੇਖਾ ਦੋਨੋਂ ਦੋਨੋਂ ਅੱਖਾਂ ਸੁਰਤੀ ਦੀਆਂ ਅੱਖਾਂ ਨੇ ਹੋਂ ਹਰ ਬਿਨ ਔਰ ਨਾ ਦੇਖਾ ਰਬ ਤੋਂ ਬਿਗੈਰ ਕੁਝ ਦਿਸਦਾ ਹੀ ਨਹੀਂ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨ ਜਾਏ ਇਹ ਅੱਖਾਂ ਉਹਦੇ ਪਿਆਰ ਵਿੱਚ ਰੰਗੀਆਂ ਰਹਿੰਦੀਆਂ ਹੋਰ ਕੋਈ ਗੱਲ ਇਨੀ ਹੁੰਦੀ ਤੋ ਸਤਿਗੁਰੂ ਜੀ ਕਿਰਪਾ ਕਰਨ ਪਿਆਰਿਓ ਦਰਸ਼ਨ ਅੰਦਰੂ ਖੋਣੇ ਨੇ ਉਹ ਸਦਾ ਲਈ ਉਹ ਮਹਿਸੂਸ ਕੀਤੇ ਜਾਂਦੇ ਨੇ ਓਕ ਬੰਦੇ ਦੀ ਤਰ੍ਹਾਂ ਨੇ ਉਹਦੇ ਖੱਡ ਪੈਰ ਖੋਣ ਉਹ ਕਿਸੇ ਉੱਚੀ ਜਗ੍ਹਾ ਤੇ ਬੈਠਾ ਹੋਵੇ ਉਹ ਤੇ ਅੰਦਰ ਦੀ ਇੱਕ ਹਾਲਤ ਹੈ ਜਿਹਨੂੰ ਸਤਿਗੁਰੂ ਜੀ ਦਿੰਦੇ ਨੇ ਉਹ ਹੀ ਜਾਣਦਾ ਹੈ ਉਸ ਨੂੰ ਬਿਆਨ ਕਰਨ ਲਈ ਕੋਈ ਸ਼ਬਦ ਹੀ ਨਹੀਂ ਸਤਿਗੁਰੂ ਜੀ ਕਹਿੰਦੇ ਕੋ ਬਣੇ ਨਹੀਂ ਹੈ ਨਾ ਕੋ ਭੋਜਨ ਖਾਰੂ ਜਾਣ ਕਵਨ ਪਤਾ ਕਿਹੜੇ ਸ਼ਬਦਾਂ ਚ ਪਾ ਕੇ ਉਹਨੂੰ ਕਿਹਾ ਜਾਵੇ ਕਿਦਰੇ ਨਾ ਸਤਿਗੁਰੂ ਜੀ ਮੇਰ ਕਰਕੇ ਸਮੁੰਦਰ ਦੀ ਤੇ ਜਿਹੜੇ ਉੱਪਰ ਬੁਲਬਲੇ ਬਣੇ ਨੇ ਝੱਗ ਬਣੀ ਹੈ ਲਹਿਰਾਂ ਉਦੀ ਉਦਾਹਰਨ ਦੇਣੀ ਜਿਵੇਂ ਪ੍ਰਮਾਤਮਾ ਸਮੁੰਦਰ ਖੋਵੇ ਉਹਦੇ ਉੱਪਰ ਜਿਹੜੇ ਝਾਗ ਤੇ ਬੁਲਬਲੇ ਆਪਾਂ ਬਣੇ ਖੋਏ ਆ ਪਰ ਜੇ ਬੁਲਬਲਾ ਲੱਭਣ ਤੁਰ ਪਵੇ ਤੇ ਕੀ ਹੋਗਾ ਜਦੋਂ ਖਵਾਨ ਨਿਕਲੇਗੀ ਤੂੰ ਪਾਣੀ ਖੁਦ ਬਣ ਜਾਏਗਾ ਜਿਹੜੇ ਵੀ ਸਰਾਹ ਤੇ ਤੁਰ ਕੇ ਬੰਦਗੀ ਦੇ ਤੁਰੇ ਰੱਬ ਵਾਲ ਉਹਦੇ ਚ ਖੁਰ ਕੇ ਉਹਦਾ ਰੂਪ ਖੋ ਗਏ ਪਰ ਉਹਨਾਂ ਨੇ ਸ਼ਬਦ ਕੋਈ ਨਹੀਂ ਵਰਤਿਆ ਪੇ ਕਿਉਂ ਜਿਆ ਹਾਂ ਉਨ ਪਿਆਰ ਚ ਪਾ ਕੇ ਸਾਡੇ ਭਲੇ ਲਈ ਕੋਈ ਨਾ ਕੋਈ ਇਸ਼ਾਰੇ ਕਰੀ ਜਾਂਦੇ ਨੇ ਆਤਪ੍ਰੀਤਮ ਮਨਮੋਹਣ ਕਟ ਸੋਹਣ ਪ੍ਰਾਨ ਅਦਾਰਾ ਰਾਮ ਕਿਦਰੀ ਮਿੱਠ ਬੋਲੜਾ ਜੀ ਕਿਦਰੀ ਕਹਿੰਦੇ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਤੋ ਸਤਗੁਰੂ ਮੇਰਾ ਕਰਨ ਅੱਜ ਦਾ ਸ਼ਬਦ ਏ ਸਾਧੂ ਏ ਤਨ ਮਿੱਥਿਆ ਜਾਣੋ ਯਾ ਪੀਤਰ ਜੋ ਰਾਮ ਵਸਤ ਕੈ ਸਾਚੋ ਤਾਏ ਪਛਾਨੋ ਰਖਾਓ ਇਹ ਜਗ ਕਾ ਸੰਪਤ ਸੁਪਨੇ ਕੀ ਦੇ ਕਹਾਂ ਅਡਾ ਨੂੰ ਅਡਾ ਨੂੰ ਕਹਿੰਦੀ ਆਕੜਿਆ ਹੰਕਾਰ ਨਾਲ ਆ ਜਿਹੜੀ ਤੂੰ ਜਗ ਦੀ ਸੰਪਤੀ ਦੇਖਦਾ ਹੈ ਨਾ ਇਹ ਤੇ ਸੁਪਨੇ ਚ ਜਿਵੇਂ ਕਿਸੇ ਕੋਲ ਪੈਸਾ ਹੋਵੇ ਤੇਰੀ ਉਹ ਹੈ ਤੇਰੇ ਕੋਲ ਸੰਗ ਤਿਹਾਰੇ ਕਚੂਨ ਚੱਲੇ ਤਾਂ ਇਹ ਕਹਾਂ ਲਪਟਾ ਨੂੰ ਇਹਨਾਂ ਚ ਕਿਸੇ ਨੇ ਤੇਰੇ ਨਾਲ ਜਾਣ ਤੂੰ ਕਾ ਨੂੰ ਲਿਪਟਿਆ ਪਿਆ ਉਸ ਤਤ ਨਿੰਦਾ ਦੋ ਪਰ ਹਰ ਹਰ ਕੀਰਤ ਉਰ ਆਨੋ ਜੇ ਕਰਨਾ ਹੀ ਤੇ ਕੰਮ ਆ ਕਰੀਏ ਰਲ ਮਿਲ ਕੇ ਉਸਤ ਨਿੰਦਾ ਕਦੇ ਨਾ ਕਿਸੇ ਦੀ ਕਰੀਏ ਨਾ ਸੁਣੀਏ ਇਹਨੂੰ ਛੱਡੀਏ ਤੇ ਕਈ ਕਰੀਏ ਆਪਣੇ ਖਿਰਦੇ ਅੰਦਰ ਵਾਹਿਗੁਰੂ ਦਾ ਨਾਮ ਵਦ ਤੋ ਵਦ ਇਕੱਠਾ ਕਰੀਏ ਇਹਨਾਂ ਦੀ ਕੀ ਮਰੀ ਉਸਤਤ ਕੌਣ ਕਰ ਰਿਹਾ ਹੈ ਮੇਰੇ ਨਿੰਦਾ ਕੌਣ ਕਰ ਰਿਹਾ ਹੈ ਸਹਬ ਕਹਿੰਦੇ ਨਹੀਂ ਜਨ ਨਾਨਕ ਸਭ ਕੀ ਮੈਂ ਪੂਰਨ ਇੱਕ ਪੁਰਖ ਭਗਵਾਨੋ ਮੇਰਾ ਇੱਕ ਅਕਾਲ ਪੁਰਖ ਸਾਰਿਆਂ ਵਿੱਚ ਉਹ ਪੂਰਾ ਬਣ ਕੇ ਬੈਠਾ ਹੈ ਕਿਸੇ ਚ ਵੀ ਉਹ ਦੂਰਾ ਨਹੀਂ ਪਰ ਪੂਰੇ ਨੂੰ ਪਹਿਲਾਂ ਆਪ ਤੱਕਣਾ ਪੈਂਦਾ ਹੈ ਸੁਰਤੀ ਦੀ ਅੱਖ ਨਾਲ ਪਹਿਲਾਂ ਅੰਦਰੂ ਸਤਿਗੁਰੂ ਜੀ ਕਹਿੰਦੇ ਦਿਖਾਵਾਂਗੇ ਫਿਰ ਬਾਹਰ ਸਾਰੇ ਜਗਤ ਵਿੱਚ ਵੀ ਉਹਦਾ ਹੀ ਪਸਾਰਾ ਦਿਸੇਗਾ ਤੋਂ ਸਾਡੀ ਮੰਜ਼ਲ ਬਹੁਤ ਉੱਚੀ ਹੈ ਪਿਆਰਿਓ ਅਸੀਂ ਤੇ ਜ਼ਿੰਦਗੀ ਪਰ ਫੈਸਲਾ ਇਹਨਾਂ ਕਰਦੇ ਬਹੁਤੀ ਵਰੀ ਤਾਂ ਇਹ ਲੋਕੀ ਕਹ ਕੇ ਸਾਰ ਲੈਂਦੇ ਨੇ ਆਪਾਂ ਗੁਰੂ ਗ੍ਰੰਥ ਸਾਹਿਬ ਤੇ ਦਰਸ਼ਨ ਕਰ ਲੈ ਹੋਰ ਇਹਦੇ ਤੋਂ ਪਰਾਂ ਕਿਹੜੇ ਦਰਸ਼ਨ ਨੇ ਸਾਬ ਕਹਿੰਦੇ ਸਾਡੇ ਦਰਸ਼ਨ ਜਦੋਂ ਕਰੋਗੇ ਉਥੋਂ ਹੀ ਤਾਂ ਅਗਲੇ ਦਰਸ਼ਨਾਂ ਦੀ ਸ਼ੁਰੂਆਤ ਹੋਣੀ ਏ ਸਾਡੇ ਤੇ ਭਰੋਸਾ ਕਰ ਦਿਓ ਤੇ ਸਾਡਾ ਬਚਨ ਵੀ ਮੰਨੋ ਜੇ ਸਾਨੂੰ ਗੁਰੂ ਆਖਦੇ ਹੋ ਤੇ ਸਾਡੇ ਮਗਰ ਇਹ ਲੱਗੋ ਪਰ ਅਸੀਂ ਉਹ ਨਹੀਂ ਸੁਣਦੇ ਕੇਵਲ ਨਮਸਕਾਰ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੋਹਣੇ ਸਤਕਾਰ ਪਰੇ ਰੁਮਾਲ ਇਹ ਜੰਪਾਲਕੀਆਂ ਦੇ ਕੇ ਸੰਮਿਧਿਆ ਫਰਜ਼ ਪੂਰਾ ਹੋ ਗਿਆ ਨਹੀਂ ਉਹ ਤਾਂ ਸਹਬਾਂ ਦਾ ادب ਸਤਕਾਰ ਏ ਜਿਨੇ ਸਾਡੀ ਬਾਹਮ ਫੜ ਕੇ ਸੁਰਤੀ ਦੀ ਪਰਮੇਸ਼ਰ ਤੱਕ ਲੈ ਕੇ ਜਾਣਾ ਜਿੰਨਾ ਵੀ ادب ਕਰੀਏ ਥੋੜਾ ਪਰ ਬਚਨ ਕਮਾਈਏ ਤਾਂ ਉਸ ਦੇ ਘਰ ਪੜਾਂਗੇ ਤੋ ਆਓ ਗੁਰੂ ਕੇ ਪਿਆਰਿਓ ਉਹਦੇ ਦਰਸ਼ਨ ਕਰੀਏ ਸਤਗੁਰੂ ਕੋਰੋਂ ਆਪਣਾ ਨਿਸ਼ਾਨਾ ਬਣੇ ਤੇ ਫਿਰ ਅੰਦਰੋਂ ਅਰਦਾਸਾਂ ਤਰਲੇ ਨਿਕਲਣਗੇ ਤੋ ਮੇਰਾ ਦਾ ਮੈਂ ਜਰੂਰ ਪਾ ਕੇ ਸਾਡੀ ਝੋਲੀ ਖੈਰ ਪਾਣਗੇ ਇੰਨੇ ਬਚਨ ਪ੍ਰਵਾਨ ਕਰਨੇ ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਕਰਨੀ ਫਤਿਹ ਬਿਲਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ